ਜੀ ਪਿਆਰੇ ਵਿਦਿਆਰਥੀਓ ਪਿਆਰ ਪਰਿਸ਼ਾਸ਼ੀਕਾਲ ਅੱਜ ਅਸੀਂ 12ਵੀਂ ਜਮਾਤ ਦੀ ਤੀਜੀ ਕਹਾਣੀ ਤੀਜੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਗੁਰਬਚਨ ਸਿੰਘ ਪੁੱਲਰ ਦੀ ਲਿਖੀ ਹੋਈ ਹੈ ਇਹਦੇ ਵਿੱਚ ਸਾਨੂੰ ਕਹਾਣੀਕਾਰ ਨੇ ਕੀ ਦੱਸਿਆ ਹੈ ਤੇ ਕਿਹੜੀਆਂ ਗੱਲਾਂ ਬਾਰੇ ਦੱਸਿਆ ਹੈ ਆਓ ਕਹਾਣੀ ਦੀ ਵਿਆਖਿਆ ਕਰਦੇ ਹੋਏ ਜਾਣਦੇ ਹਾਂ ਤਿੰਨ ਗੱਲਾਂ ਨੇ ਦੀਨਾਨਾਥ ਦਾ ਧਿਆਨ ਖਾਸ ਕਰਕੇ ਖਿੱਚਿਆ ਦੋ ਗੱਲਾਂ ਉਸਨੂੰ ਹੈਰਾਨ ਪਰੇਸ਼ਾਨ ਕਰਦੀਆਂ ਸਨ ਅਤੇ ਤੀਜੀ ਗੱਲ ਉਸਦੇ ਮਨ ਨੂੰ ਖੁਸ਼ੀ ਨਾਲ ਭਰ ਦਿੰਦੀ ਸੀ ਪਹਿਲੀ ਗੱਲ ਸੀ ਫਲੈਟਾਂ ਦਾ ਵਾਸ ਪਹਿਲੀ ਗੱਲ ਕੀ ਸੀ ਫਲੈਟਾਂ ਦਾ ਆਵਾਜ਼ ਉਹ ਤਿੰਨ ਮੰਜ਼ਲੀ ਫਲੈਟ ਸਨ ਅਤੇ ਉਹਦੇ ਭਾਣ ਜੀ ਸਤੀਸ਼ ਦਾ ਫਲੈਟ ਵਿੱਚ ਕਰਲਾ ਸੀ। ਹੇਠਾਂ ਕੋਈ ਹੋਰ ਵੱਸਦਾ ਸੀ ਉੱਤੇ ਉੱਤੇ ਕੋਈ ਹੋਰ। ਦੀਨਾਨਾਥ ਨੂੰ ਇਸ ਵਿਚਾਰਲੇ ਫਲੈਟ ਦੀ ਹਾਲਤ ਮੱਖਣ ਜੈਮ ਦੀ ਉਸ ਤੈ ਦੀ ਤਰ੍ਹਾਂ ਵਰਗੀ ਲੱਗਦੀ ਸੀ ਜੋ ਉਸਦੀ ਨੋ ਭਾਵ ਸਤੀਸ਼ ਦੀ ਪਤਨੀ ਸੁਦੇਸ਼ ਡਬਲ ਰੋਟੀ ਦੇ ਦੋ ਟੁਕੜਿਆਂ ਵਿੱਚ ਕਰਲਾ ਕੇ ਨਾਸ਼ਤੇ ਸਮੇਂ ਉਸ ਨੂੰ ਦਿਆ ਕਰਦੀ ਸੀ। ਤਾਂ ਇਹਦੇ ਵਿੱਚ ਬੱਚਿਓ ਕੀ ਹੈ ਕਿ ਇੱਕ ਦੀਨਾਨਾਥ ਨਾਮ ਦਾ ਵਿਅਕਤੀ ਹੈ ਜੋ ਕਿ ਤਿੰਨ ਗੱਲਾਂ ਤੋਂ ਬੜਾ ਹੈਰਾਨ ਤਿੰਨ ਗੱਲਾਂ ਜਿਹੜੀਆਂ ਉਹਦਾ ਧਿਆਨ ਖਾਸ ਕਰਕੇ ਖਿੱਚਦੀਆਂ ਦੋ ਗੱਲਾਂ ਉਹਨੂੰ ਹੈਰਾਨ ਤੇ ਪਰੇਸ਼ਾਨ ਕਰਦੀਆਂ ਨੇ ਤੇ ਜੋ ਤੀਜੀ ਗੱਲ ਹੁੰਦੀ ਹੈ ਉਹ ਉਹਦੇ ਮਨ ਨੂੰ ਖੁਸ਼ੀ ਦਿੰਦੀ ਹੈ ਉਹਨਾਂ ਗੱਲਾਂ ਵਿੱਚੋਂ ਸਭ ਤੋਂ ਪਹਿਲੀ ਗੱਲ ਹੈ ਫਲੈਟਾਂ ਦਾ ਵਾਸ ਜਿਹੜੇ ਲੋਕ ਫਲੈਟ ਦੇ ਵਿੱਚ ਰਹਿੰਦੇ ਹਨ ਉਹ ਫਲੈਟਾਂ ਦੀ ਜ਼ਿੰਦਗੀ ਨੂੰ ਦੇਖ ਕੇ ਹੈਰਾਨ ਪਰੇਸ਼ਾਨ ਹੁੰਦਾ ਹੈ ਉਸ ਨੂੰ ਫਲੈਟ ਦੀ ਜ਼ਿੰਦਗੀ ਇਸ ਤਰ੍ਹਾਂ ਲੱਗਦੀ ਹੈ ਵੀ ਜੋ ਵਿਚਾਰਲੇ ਫਲੈਟ ਦੇ ਵਿੱਚ ਰਹਿੰਦਾ ਹੈ ਉਸਦੀ ਹਾਲਤ ਦੋ ਬ੍ਰੈਡਾਂ ਦੇ ਵਿਚਾਲੇ ਲੱਗੇ ਮੱਖਣ ਜਾਂ ਜੈਮ ਦੀ ਤਰ੍ਹਾਂ ਹੁੰਦੀ ਹੈ। ਕਾਰ ਬਾਰੇ ਦੀਨਾ ਨਾਥ ਪਹਿਲੇ ਦਿਨੋਂ ਜੋ ਕੁਝ ਕਹਿੰਦਾ ਸੁਣਦਾ ਆਇਆ ਸੀ ਇਹ ਸਭ ਉਹ ਤੋਂ ਬਿਲਕੁਲ ਵੱਖਰਾ ਸੀ। ਸਿਆਣੇ ਕਹਿੰਦੇ ਹਨ ਕਿ ਬੰਦੇ ਦੇ ਪੈਰਾਂ ਹੇਠ ਚਾਰ ਗੱਜ ਧਰਤੀ ਆਪਣੀ ਹੋਵੇ ਤੇ ਸਿਰ ਤੇ ਚਾਰ ਗੱਜ ਅੰਬਰ ਆਪਣਾ ਫਿਰ ਉਹ ਕਿਸੇ ਦੇ ਲੈਣ ਦਾ ਨਹੀਂ। ਧਰਤੀ ਉੱਤੇ ਪੈਰ ਟਿਕੇ ਹੋਏ ਹੁੰਦੇ ਹਨ ਤੇ ਆਦਮੀ ਡਿਗਦਾ ਡਿੱਗਦਾ ਡੋਲਦਾ ਨਹੀਂ ਡਿੱਗਣ ਡੋਲਣ ਤੇ ਡਰ ਤੇ ਉਹਨੂੰ ਹੁੰਦਾ ਹੈ ਜਿਦੇ ਪੈਰ ਹਵਾ ਵਿੱਚ ਹੋਣ ਪੈਰਾਂ ਹੇਠ ਧਰਤੀ ਹੋਵੇ ਤਾਂ ਆਦਮੀ ਦੀਆਂ ਜੜਾਂ ਡੂੰਗੀਆਂ ਫੜ ਲੈਂਦੀਆਂ ਹਨ ਡੂੰਗਾ ਡੂੰਗੀਆਂ ਜੜਾਂ ਫੜ ਲੈਂਦੀਆਂ ਹਨ ਤੇ ਬਿਰਸ਼ ਵਾਂਗ ਵਦਨ ਫੁੱਲਣ ਲੱਗਦਾ ਹੈ ਸਿਰ ਉੱਤੇ ਅੰਬਰ ਹੋਵੇ ਤਾਂ ਕਲਪਨਾ ਨੂੰ ਉੱਚੀਆਂ ਉਡਾਰੀਆਂ ਲਾਉਣ ਦੀ ਖੁੱਲ ਮਿਲਦੀ ਹੈ ਬੰਦੇ ਦੇ ਵਿਚਾਰਾਂ ਲਈ ਉੱਚਤਾ ਤੇ ਵਿਸ਼ਾਲਤਾ ਦੀ ਸੰਭਾਵਨਾ ਬਣੀ ਰਹਿੰਦੀ ਹੈ ਤਾਂ ਕਾਰ ਬਾਰੇ ਦੀਨਾਨਦ ਸ਼ੁਰੂ ਤੋਂ ਹੀ ਇਹ ਗੱਲ ਸੁਣਦਾ ਆਇਆ ਸੀ ਕਿ ਬੰਦੇ ਕੋਲੇ ਪੈਰਾਂ ਹੇਠ 4 ਗੱਜ ਜ਼ਮੀਨ ਤੇ ਸਿਰ ਤੇ 4 ਗੱਜ ਅਸਮਾਨ ਹੋਵੇ ਤਾਂ ਬੰਦਾ ਕਿਸੇ ਦੇ ਲੈਣ ਦਾ ਨਹੀਂ ਮਤਲਬ ਕਿ ਜੇ ਉਹਦੇ ਕੋਲੇ ਆਪਣਾ ਮਕਾਨ ਹੈ ਤਾਂ ਉਹ ਡਿੱਗਦਾ ਡੋਲਦਾ ਨਹੀਂ ਇੱਥੇ ਹੇਠਲੇ ਫਲੈਟ ਵਾਲੇ ਦੇ ਪੈਰਾਂ ਹੇਠ ਧਰਤੀ ਆਪਣੀ ਸੀ ਤੇ ਸਿਰ ਉੱਤੇ ਆਪਣਾ ਅੰਬਰ ਨਹੀਂ ਸੀ ਉੱਤਲੇ ਫਲੈਟ ਵਾਲੇ ਦੇ ਸਿਰ ਉੱਤੇ ਅੰਬਰ ਆਪਣਾ ਸੀ ਤੇ ਪੈਰਾਂ ਹੇਠ ਧਰਤੀ ਆਪਣੀ ਨਹੀਂ ਸੀ ਵਿਚਕਾਰਲੇ ਫਲੈਟ ਵਿੱਚ ਫਸੇ ਸਤੀਸ਼ ਦੀ ਤਾਂ ਨਾ ਧਰਤੀ ਆਪਣੀ ਸੀ ਤੇ ਨਾ ਅੰਬਰ ਆਪਣਾ ਸੀ ਇਹ ਤਾਂ ਚੰਗੀ ਕਿਸਮਤ ਸੀ ਕਿ ਉਹਦਾ ਫਲੈਟ ਕਤਾਰ ਦੇ ਸਿਰੇ ਉੱਤੇ ਸੀ ਅਤੇ ਇਸਦੇ ਤੀਜੇ ਪਾਸੇ ਦੀ ਖਿੜਕੀ ਇਸ ਦੀ ਇਸ ਵਿੱਚ ਤੀਜੇ ਪਾਸੇ ਵੀ ਖਿੜਕੀ ਖੁੱਲਦੀ ਸੀ ਜਿਸ ਵਿੱਚ ਥੋੜੀ-ਬਹੁਤ ਹਵਾ ਅਤੇ ਰੋਸ਼ਨੀ ਅੰਦਰ ਲੰਘ ਆਉਂਦੀ ਸੀ ਜਦੋਂ ਸੂਰਜ ਸੱਤ ਘੋੜਿਆਂ ਵਾਲੇ ਰਥ ਉੱਤੇ ਸਵਾਰ ਹੋ ਆਪਣੀ ਯਾਤਰਾ ਦੌਰਾਨ ਉਧਰ ਪਹੁੰਚਦਾ ਤਾਂ ਇਸ ਖਿੜਕੀ ਵਿੱਚੋਂ ਦੀ ਧੁੱਪ ਦੀ ਕਾਤਰ ਕਮਰੇ ਵਿੱਚ ਆ ਜਾਂਦੀ ਪਰ ਖਿੜਕੀ ਦੇ ਸਰੀਏ ਉਸ ਕਾਤਰ ਨੂੰ ਟੁਕੜਿਆਂ ਵਿੱਚ ਵੰਡ ਦਿੰਦੇ ਤਾਂ ਇਹਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਉਹਨੂੰ ਲੱਗਦਾ ਹੈ ਕਿ ਜਿਹੜਾ ਉਸ ਦਾ ਭਤੀਜਾ ਰਹਿ ਰਿਹਾ ਹੈ ਫਲੈਟ ਦੇ ਵਿੱਚ ਵਿਚਕਾਰਲੇ ਫਲੈਟ ਦੇ ਵਿੱਚ ਇਨ੍ਹਾਂ ਫਲੈਟਾਂ ਦੀ ਜ਼ਿੰਦਗੀ ਦੇ ਵਿੱਚ ਹੇਠਲੇ ਫਲੈਟ ਵਾਲੇ ਕੋਲ ਜ਼ਮੀਨ ਆਪਣੀ ਹੈ ਪਰ ਅਸਮਾਨ ਆਪਣਾ ਨਹੀਂ ਜੋ ਉਤਲੀ ਮੰਜ਼ਲ ਤੇ ਰਹਿੰਦਾ ਹੈ ਉਸਦੇ ਸਿਰ ਤੇ ਅਸਮਾਨ ਆਪਣਾ ਹੈ ਪਰ ਪੈਰਾਂ ਹੇਠ ਧਰਤੀ ਆਪਣੀ ਨਹੀਂ ਪਰ ਉਸ ਦਾ ਭਤੀਜਾ ਜੋ ਕਿ ਅੰਬਰ ਜਿਸ ਫਲੈਟ ਦੇ ਵਿੱਚ ਰਹਿ ਰਿਹਾ ਹੈ ਉਹਦੇ ਵਿੱਚ ਨਾ ਉਹਦੀ ਧਰਤੀ ਹੈ ਸतीश ਦੀ ਜਿਹਦਾ ਭਤੀਜਾ ਹੈ ਨਾ ਉਹਦੇ ਕੋਲੇ ਅੰਬਰ ਆਪਣਾ ਹੈ ਮਤਲਬ ਉਹਦੇ ਕੋਲੇ ਨਾ ਧਰਤੀ ਹੈ ਨਾ ਅਸਮਾਨ ਹੈ ਉਹ ਦੋਨੋਂ ਚੀਜ਼ਾਂ ਤੋਂ ਹੀ ਸਖਣਾ ਹੈ ਬੇਸ਼ੱਕ ਉਹਦੇ ਕੋਲੇ ਘਰ ਆਪਣਾ ਹੈ ਪਰ ਆਪਦੇ ਪੈਰਾਂ ਹੇਠ ਨਾ 4 ਗਜ ਜ਼ਮੀਨ ਹੈ ਤੇ ਨਾ ਸਿਰ ਤੇ 4 ਗਜ ਅਸਮਾਨ ਹੈ ਦੀਨਾਨਾਥ ਨੂੰ ਅਸਲ ਹੈਰਾਨੀ ਉਸ ਸਮੇਂ ਹੋਈ ਜਦੋਂ ਉਹਨੂੰ ਪਤਾ ਲੱਗਿਆ ਕਿ 10 10 15 15 ਜਾਂ ਇਸ ਤੋਂ ਵੀ ਵੱਧ ਮੰਜ਼ਲਾਂ ਵਾਲੇ ਫਲੈਟ ਕੇਵਲ ਦਫ਼ਤਰਾਂ ਲਈ ਨਹੀਂ ਬਣਦੇ ਸਗੋਂ ਲੋਕਾਂ ਦੇ ਰਹਿਣ ਲਈ ਵੀ ਉਹ ਸਾਰੇ ਜਾਂਦੇ ਹਨ ਉਸ ਨੂੰ ਘੁੱਟਣ ਜਈਆਂ ਜਿਹੀ ਹੋਰ ਹੇਟ ਲੀਆਂ ਨੂੰ ਤਾਂ ਉਤਲਿਆਂ ਨੂੰ ਅਜਿਹਾ ਬੋਝ ਮਹਿਸੂਸ ਹੁੰਦਾ ਰਹਿੰਦਾ ਹੋਵੇਗਾ ਕਿ ਕਿਸੇ ਨੇ ਸਿਰ ਉੱਤੇ ਨਿੱਕ ਸੁੱਖ ਨਾਲ ਭਰਿਆ ਟੋਕਰਾ ਪੱਕੇ ਤੌਰ ਉੱਤੇ ਹੀ ਲੱਦ ਦਿੱਤਾ ਗਿਆ ਹੋਵੇ ਤਾਂ ਜਦੋਂ ਉਹਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਫਲੈਟ ਸਿਰਫ ਤਿੰਨ ਤਿੰਨ ਮੰਜ਼ਲੇ ਨਹੀਂ ਇਸੋ ਵੀ ਬਹੁਤ ਸਾਰੀਆਂ ਮੰਜ਼ਲਾਂ ਵਾਲੇ ਨੇ ਤਾਂ ਉਸ ਨੂੰ ਬੜੀ ਘੂਟਨ ਮਹਿਸੂਸ ਹੁੰਦੀ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਜੋ ਹੇਠਲੀਆਂ ਮੰਜ਼ਲਾਂ ਵਿੱਚ ਰਹਿ ਰਹੇ ਨੇ ਉਹ ਤਾਂ ਹਮੇਸ਼ਾ ਇਹੀ ਮਹਿਸੂਸ ਕਰਦੇ ਹੋਣਗੇ ਕਿ ਉਹਨਾਂ ਦੇ ਸਿਰ ਦੇ ਉੱਤੇ ਕਿਸੇ ਭਾਰੀ ਸਮਾਨ ਦਾ ਟੋਕਰਾ ਜਿਹੜਾ ਉਹ ਸਦਾ ਲਈ ਲੱਦ ਦਿੱਤਾ ਗਿਆ ਹੋਵੇ ਉੱਪਰਲੇ ਫਲੈਟਾਂ ਵਿੱਚ ਇੱਕ ਵਾਰ ਪ੍ਰਵੇਸ਼ ਕਰ ਜਾਓ ਆਲੇ ਦੁਆਲੇ ਨਾਲੋਂ ਸਭ ਨਾਤੇ ਖਤਮ ਪੌੜੀਆਂ ਵਾਲਾ ਦਰਵਾਜ਼ਾ ਬੰਦ ਕੀਤਾ ਨਹੀਂ ਕਿ ਤੁਹਾਡੀ ਦੁਨੀਆ ਤੁਹਾਡੀ ਤੁਹਾਡੀ ਰਹਿ ਜਾਂਦੀ ਹੈ ਬਾਕੀ ਸਭ ਅਣ ਹੋਇਆ ਤੇ ਅਣ ਹੁੰਦਾ ਹੋ ਜਾਂਦਾ ਹੈ ਜਦੋਂ ਤੁਸੀਂ ਫਲੈਟ ਦੀ ਜ਼ਿੰਦਗੀ ਵਿੱਚ ਰਹਿੰਦੇ ਹੋ ਉੱਪਰਲੇ ਫਲੈਟ ਵਾਲਿਆਂ ਲਈ ਤਾਂ ਉਹਨਾਂ ਦਾ ਦਰਵਾਜ਼ਾ ਬੰਦ ਕਰਨ ਦੇ ਨਾਲ ਬਾਹਰਲੀ ਦੁਨੀਆ ਨਾਲ ਉਹਨਾਂ ਦਾ ਨਾਤਾ ਜਿਹੜਾ ਹੈ ਟੁੱਟ ਜਾਂਦਾ ਹੈ ਉਹਨਾਂ ਨੇ ਤਾਂ ਸ਼ਹਿਰੀ ਮਕਾਨਾਂ ਅੱਗੇ ਵੀ ਨੀਵੀਆਂ-ਨੀਵੀਆਂ ਕੰਧਾਂ ਦੇਖੀਆਂ ਹੋਈਆਂ ਸਨ ਜਿਨ੍ਹਾਂ ਉਤੋਂ ਦੀ ਗਵਾਂਢੀ ਦੁੱਖ ਸੁੱਖ ਅਤੇ ਠੱਠਾ ਮਕੌਲ ਕਰ ਲੈ ਲੈਂਦੇ ਸਨ ਪਿੰਡਾਂ ਵਿੱਚ ਤਾਂ ਲੋਕ ਵਿਹਲੇ ਸਮੇਂ ਵਿੱਚ ਘਰਾਂ ਅੱਗੇ ਬਣੇ ਚੌਂਤਰੀਆਂ ਉੱਤੇ ਬੈਠਦੇ ਜਾਂ ਸੱਥਾਂ ਵਿੱਚ ਜਾਂ ਪੋੜਾਂ ਦੀਆਂ ਬੋੜਾਂ ਪਿੱਪਲਾਂ ਇਹ ਇੱਥੇ ਰੌਣਕਾਂ ਲਾਉਂਦੇ ਜਾਂ ਫਿਰ ਗਿਆਨ ਧਿਆਨ ਦੀ ਕੋਈ ਗੱਲ ਸੁਣ ਲਈ ਡੇਰਿਆਂ ਜਾਂ ਗੁਰਦੁਆਰਿਆਂ ਵਿੱਚ ਜਾ ਜੁੜਦੇ ਉਂਝ ਦੀਨਾ ਨਾਥ ਇਹਨਾਂ ਫਲੈਟਾਂ ਦੀ ਕਾਰਡ ਕੱਢਣ ਵਾਲੇ ਦੀ ਅਕਲ ਨੂੰ ਇਸ ਪੱਖੋਂ ਸ਼ਾਬਾਸ਼ ਦਿੰਦਾ ਕਿ ਉਹਨੇ ਦੋਵੇਂ ਪਾਸੇ ਵਾਧਰੇ ਰੱਖ ਦਿੱਤੇ ਹਨ ਜਿਸ ਨਾਲ ਇਹਨਾਂ ਨੂੰ ਇੱਥੋਂ ਦੇ ਲੋਕ ਬਾਲਕੋਨੀਆਂ ਕਹਿੰਦੇ ਹਨ ਅਗਲੀ ਬਾਲਕੋਨੀ ਛੋਟੀ ਸੀ ਉਸ ਵਿੱਚ ਇੱਕ ਮੰਜੀ ਢਾਕੇ ਆਦਮੀ ਦੇ ਖੜਨ ਜੋਗੀ ਥਾਂ ਮਸਾਂ ਬਚਦੀ ਸੀ ਪਰ ਵਾਰੇ-ਵਾਰੇ ਜਾਈਏ ਸ਼ਹਿਰੀਆਂ ਦੇ ਉਹ ਉਸ ਥਾਂ ਦੀ ਵਰਤੋਂ ਵੀ ਬੜੀ ਕਮਾਲ ਨਾਲ ਕਰਦੇ ਸਨ ਸਿਆਲਾਂ ਵਿੱਚ ਉਹ ਉੱਥੇ ਬੈਠ ਕੇ ਧੁੱਪ ਸੇਕਦੇ ਲਗਭਗ ਹਰ ਕਿਸੇ ਨੇ ਇਸ ਤਰ੍ਹਾਂ ਦੀਆਂ ਤਾਰਾਂ ਕਸੀਆਂ ਤਾਰਾਂ ਕਸੀਆਂ ਜਾਂ ਪਲਾਸਟਿਕ ਦੀਆਂ ਰस्सੀਆਂ ਬਨੀਆਂ ਹੋਈਆਂ ਸਨ ਜਿਸ ਉੱਤੇ ਤੋਤੇ ਹੋਏ ਗਿੱਲੇ ਸੁੱਕੇ ਕੱਪੜੇ ਹਰ ਸਮੇਂ ਲਟਕਦੇ ਰਹਿੰਦੇ ਸਬਜੀ ਦੀ ਜਾਂ ਫਲਾਂ ਦੀ ਰੇੜੀ ਵਾਲਾ ਹੋਕਾ ਦਿੰਦਾ ਤਜਨਾਨੀਆਂ ਇਹਨਾਂ ਛੋਟੀਆਂ ਬਾਲਕੋਨੀਆਂ ਵਿੱਚ ਪਹੁੰਚ ਜਾਂਦੀਆਂ ਤੇ ਉਹ ਉੱਥੇ ਖਲੋਤੀਆਂ ਹੀ ਰੇੜੀ ਵਾਲੇ ਨਾਲ ਭਾ ਦੀ ਤੋੜ-ਤੋੜਾਈ ਕਰਦੀਆਂ ਤੇ ਰੱਸੀ ਨਾਲ ਬੰਨੀ ਹੋਈ ਟੋਕਰੀ ਲਟਕਾ ਦਿੰਦੀਆਂ ਟੋਕਰੀ ਖਿੱਚ ਕੇ ਉਹ ਸਬਜ਼ੀ ਫਲ ਕੱਢ ਲੈਂਦੀਆਂ ਅਤੇ ਪੈਸੇ ਪਾ ਕੇ ਟੋਕਰੀ ਦੁਬਾਰਾ ਲਟਕਾ ਦਿੰਦੀਆਂ ਰੇੜੀ ਵਾਲੇ ਨੂੰ ਤੋੜ ਕੇ ਉੱਥੇ ਖਲੋਤੀਆਂ ਹੀ ਇੱਕ ਦੂਜੀ ਨਾਲ ਗੱਪਾਂ ਮਾਰਨ ਲੱਗ ਜਾਂਦੀਆਂ ਤੇ ਨਵੀਂ ਖਰੀਦੀ ਸਾੜੀ ਤੇ ਨਵੀਂ ਦੇਖੀ ਫਿਲਮ ਦੀ ਚਰਚਾ ਤੋਂ ਲੈ ਕੇ ਗੈਰਹਾਜ਼ਰ ਗਵੰਡਣਾ ਦੀ ਨਿੰਦਿਆ ਚੁਗਲੀ ਤੱਕ ਦਾ ਪੈਂਡਾ ਮਾਰ ਕੇ ਦਿਨ ਭਰ ਲਈ ਸੰਤੁਸ਼ਟ ਹੋ ਜਾਂਦੀਆਂ ਪਿਛਲੇ ਪਾਸੇ ਵਾਲੀ ਬਾਲਕੋਨੀ ਕੁਝ ਖੁੱਲੀ ਸੀ ਬਸ ਇੱਥੇ ਖਲੋ ਕੇ ਬੰਦੇ ਨੂੰ ਧਰਤੀ ਅਤੇ ਅੰਬਰ ਦੀਆਂ ਆਪਣੇ ਹਿੱਸੇ ਦੀਆਂ ਕਾਤਰਾਂ ਦਿਸਦੀਆਂ ਸਨ ਤਦੀਨਾਨਾਥ ਕਹਿੰਦਾ ਕਿ ਮੈਂ ਇਹਨਾਂ ਫਲੈਟ ਬਣਾਉਣ ਵਾਲਿਆਂ ਦੇ ਜਿਨੇ ਫਲੈਟਾਂ ਦੀ ਕਾਰਡ ਕੱਢੀ ਹੈ ਉਸ ਦੀ ਸੋਚ ਤੋਂ ਵਾਰੇ-ਵਾਰੇ ਜਾਂਦਾ ਹਾਂ ਕਿ ਉਹਨੇ ਫਲੈਟ ਦੇ ਅੱਗੇ ਪਿੱਛੇ ਬਾਲਕੋਨੀਆਂ ਰੱਖੀਆਂ ਨੇ ਮੂਰਲੀ ਬਾਲਕੋਨੀ ਹੈ ਜਿਹੜੀ ਉਹਦੇ ਵਿੱਚ ਲੋਕ ਕੱਪੜੇ ਸਕਾਉਣ ਦਾ ਕੰਮ ਕਰਦੇ ਨੇ ਧੁੱਪ ਸੇਕਣ ਦਾ ਕੰਮ ਕਰਦੇ ਨੇ ਤੇ ਇਸ ਤੋਂ ਇਲਾਵਾ ਜੇ ਔਰਤਾਂ ਨੇ ਕੋਈ ਸਮਾਨ ਖਰੀਦਣਾ ਹੁੰਦਾ ਤਾਂ ਬਾਲਕੋਨੀ ਵਿੱਚ ਖੜ ਕੇ ਖਰੀਦ ਲੈਂਦੀਆਂ ਨੇ ਤੇ ਪਿਛਲੀ ਬਾਲਕੋਨੀ ਹੈ ਜਿਹੜੀ ਉੱਥੇ ਖੜ ਕੇ ਸਿਰਫ ਬੰਦਾ ਧਰਤੀ ਤੇ ਸਮਾਨ ਵੱਲ ਦੇਖ ਹੀ ਸਕਦਾ ਹੈ ਪਿਛਲੇ ਵਾਲੀ ਬਾਲਕੋਨੀ ਛੋਟੀ ਹੁੰਦੀ ਹੈ ਇਸ ਤਰ੍ਹਾਂ ਉਸਨੇ ਸ਼ਹਿਰੀ ਜੀਵਨ ਦੀ ਜਿਹੜੀ ਝਲਕ ਹੈ ਸਾਡੇ ਸਾਹਮਣੇ ਪੇਸ਼ ਕੀਤੀ ਹੈ ਦਿਨਨਾਥ ਨੂੰ ਇਹ ਗੱਲ ਵੀ ਹੈਰਾਨ ਕਰਦੀ ਕਿ ਜਿਨ੍ਹਾਂ ਦੀ ਛੱਤ ਆਪਣੀ ਸੀ ਉਹ ਵੀ ਗਰਮੀਆਂ ਵਿੱਚ ਛੱਤ ਉੱਤੇ ਨਹੀਂ ਸਨ ਸੌਂਦੇ ਸਭ ਬਿਜਲੀ ਦੇ ਪੱਖਿਆਂ ਦੇ ਆਦੀ ਸਨ ਜਿਨ੍ਹਾਂ ਨੂੰ ਹਵਾ ਆਪਣੇ ਵੱਲ ਤੇ ਅੱਧੇ ਸਰੀਰ ਨੂੰ ਸਪਰਸ਼ ਕਰਦੀ ਸਪਰਸ਼ ਦੀ ਰਹਿੰਦੀ ਤੇ ਓਲੇ ਰਹਿ ਗਿਆ ਅੱਧਾ ਸਰੀਰ ਮੁੜ ਕੇ ਨਾਲ ਭਿੱਜਿਆ ਰਹਿੰਦਾ ਉਹ ਸੋਚਦਾ ਕਿ ਇਹਨਾਂ ਲੋਕਾਂ ਦੀ ਕਦੀ ਨੇ ਕਦੀ ਪੂਰਾ ਅਸਮਾਨ ਦੇਖਿਆ ਹੋਵੇਗਾ ਸਾਰੀ ਧਰਤੀ ਉੱਤੇ ਚੰਦੋਏ ਵਾਂਗ ਤਣਿਆ ਹੋਇਆ ਕਪਾ ਦੇ ਫੁੱਟਾਂ ਵਾਂਗ ਖਿੜੇ ਤਾਰਿਆਂ ਨਾਲ ਭਰਿਆ ਹੋਇਆ ਸੁਚੱਜੀ ਮਟਿਆਰ ਦੀ ਕੱਢੀ ਹੋਈ ਫੁਲਕਾਰੀ ਵਰਗਾ ਤਾਰਿਆਂ ਭਰਿਆ ਅੰਬਰ ਜਿਸ ਦੇ ਧਰੂ ਭਗਤ ਬੋੜੇ ਖੂਹਾ ਤਿੰਗੜਾ ਸਤ ਰਿਸ਼ੀਆਂ ਛੜਿਆਂ ਦਾ ਰਾਹ ਆਦੀਆਂ ਕਥਾ ਕਹਾਣੀਆਂ ਮਾਮਾ ਤੋਂ ਸੁਣੇ ਬਿਨਾਂ ਨਿਆਣਿਆਂ ਨੂੰ ਨੀਂਦ ਨਹੀਂ ਸੀ ਆਉਂਦੀ ਇੱਥੇ ਤਾਂ ਜਿੰਨਾ ਕੁਝ ਜਿੰਨਾ ਕੁ ਟੋਟਾ ਅੰਬਰ ਦਿਸਦਾ ਸੀ ਉਹਦੇ ਤਾਰੇ ਵੀ ਜੀਵਨ ਨਾਲ ਧੜਕਦੇ ਹੋਣ ਦੀ ਥਾਂ ਸਾਦੇ ਰੋਗੀ ਹੋ ਗਏ ਦਿਸਦੇ ਸਨ ਤੇ ਜਦੋਂ ਲੋਕ ਘਰੋਂ ਬਾਹਰ ਵੀ ਨਿਕਲਦੇ ਸਨ ਕਿਸੇ ਨੂੰ ਧਰਤੀ ਜਾਂ ਅੰਬਰਵਾਲ ਵੇਖਣ ਦੀ ਵੇਲ ਜਾਂ ਇੱਛਾ ਹੀ ਨਹੀਂ ਸੀ ਹੁੰਦੀ ਜੇ ਕੋਈ ਦੇਖ ਵੀ ਲਵੇ ਧਰਤੀ ਨੂੰ ਗੰਦੇ ਪਾਣੀ ਨਾਲ ਭਰੀਆਂ ਉਛਲਦੀਆਂ ਨਾਲੀਆਂ ਕੂੜੇ ਕਚਰੇ ਦੇ ਢੇਰਾਂ ਤੇ ਟੁੱਟੀਆਂ ਸੜਕਾਂ ਨੇ ਕਜਿਆ ਹੋਇਆ ਸੀ ਤੇ ਅੰਬਰ ਦੀ ਸਥਾਨ ਧੂੜ ਧੂਏ ਨੇ ਮੋਟੀ ਤਹਿ ਨਾਲ ਲੈ ਲਿਆ ਹੋਇਆ ਸੀ ਤਾਂ ਇਸ ਵਿੱਚ ਦਿਨ ਸਾਨੂੰ ਦੱਸਦਾ ਹੈ ਲੇਖਕ ਕਿ ਇਸ ਜਿਹੜੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਨੇ ਉਹ ਜਿਨ੍ਹਾਂ ਦੀ ਛੱਤ ਆਪਣੀ ਆ ਉਹ ਵੀ ਛੱਤ ਤੇ ਪੈਣਾ ਪਸੰਦ ਨਹੀਂ ਕਰਦੇ ਉਹ ਵੀ ਜ਼ਿਆਦਾਤਰ ਬਿਜਲੀ ਦੇ ਪੱਖਿਆਂ ਅੱਗੇ ਹੀ ਮਤਲਬ ਪੈਂਦੇ ਹਨ ਜਿਸ ਵਿੱਚ ਇੱਕ ਹਿੱਸੇ ਨੂੰ ਸਾਡੇ ਨੂੰ ਹਵਾ ਲੱਗਦੀ ਹੈ ਤੇ ਦੂਜਾ ਹਿੱਸਾ ਜਿਹੜਾ ਸਰੀਰ ਦਾ ਮੁੜ ਕੋ ਮੁੜਕੀ ਹੋਇਆ ਰਹਿੰਦਾ ਮਤਲਬ ਪੱਖੇ ਦੀ ਜਿਹੜੀ ਸਾਈਡ ਪੱਖੇ ਦੇ ਸਾਹਮਣੇ ਹੁੰਦੀ ਹੈ ਉਧਰ ਤਾਂ ਹਵਾ ਲੱਗਦੀ ਹੈ ਦੂਜੇ ਪਾਸੇ ਹਵਾ ਨਹੀਂ ਲੱਗਦੀ ਤੇ ਇਸ ਤੋਂ ਇਲਾਵਾ ਉਹ ਸੋਚਦਾ ਹੈ ਕਿ ਇਹਨਾਂ ਲੋਕਾਂ ਨੇ ਤਾਂ ਕਦੇ ਪੂਰਾ ਅਸਮਾਨ ਦੇਖਿਆ ਹੀ ਨਹੀਂ ਹੋਣਾ ਜਿਸ ਵਿੱਚ ਬਹੁਤ ਸਾਰੇ ਤਾਰੇ ਹੁੰਦੇ ਹਨ ਜਿਵੇਂ ਧਰੂ ਤਾਰਾ ਨਛੜਿਆਂ ਦਾ ਰਾਹ ਸਤਿ ਰਿਸ਼ੀ ਤਾਰਾ ਇਸ ਤਰ੍ਹਾਂ ਦੀਆਂ ਇਹਨਾਂ ਤਾਰਿਆਂ ਨਾਲ ਸੰਬੰਧੀ ਕਹਾਣੀਆਂ ਸੁਣਿਆ ਸੁਣੇ ਬਿਨਾਂ ਜਿੱਥੇ ਪਿੰਡਾਂ ਦੇ ਬੱਚਿਆਂ ਨੂੰ ਨੀਂਦ ਨਹੀਂ ਆਉਂਦੀ ਇੱਥੋਂ ਦੇ ਲੋਕ ਤਾਂ ਉਸ ਅਸਮਾਨ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੇ ਇਸ ਤੋਂ ਇਲਾਵਾ ਜਦੋਂ ਬਾਹਰ ਨਿਕਲਦੇ ਨੇ ਜੇ ਧਰਤੀ ਨੂੰ ਵੀ ਦੇਖਦੇ ਨੇ ਤਾਂ ਧਰਤੀ ਵਿੱਚ ਕੀ ਹੈ ਕੂੜਾ ਕਚਰਾ ਤੇ ਟੁੱਟੀਆਂ ਹੋਈਆਂ ਸੜਕਾਂ ਇਸ ਤੋਂ ਇਲਾਵਾ ਅਸਮਾਨ ਦੇ ਵਿੱਚ ਪ੍ਰਦੂਸ਼ਣ ਕਰਕੇ ਧੂਆਂ ਤੇ ਧੂੜ ਹੀ ਉਹਨਾਂ ਨੂੰ ਦਿਖਾਈ ਦਿੰਦਾ ਹੈ ਤਾਰੇ ਆ ਜਿਹੜੇ ਉਹ ਸਪਸ਼ਟ ਤੌਰ ਤੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਕਰਕੇ ਦਿਖਾਈ ਨਹੀਂ ਦਿੰਦੇ। ਦੀਨਾਨਾਥ ਮੋਕਲੀ ਧਰਤੀ ਅਤੇ ਖੁੱਲੇ ਅੰਬਰਾਂ ਦੇ ਦਰਸ਼ਨਾਂ ਦਾ ਆਦੀ ਸੀ। ਉਹਨੂੰ ਆਦਤ ਸੀ ਕਿ ਖੁੱਲਾ ਅਸਮਾਨ ਹੋਵੇ ਤੇ ਖੁੱਲੀ ਧਰਤੀ ਹੋਵੇ, ਉਸਦੇ ਉਹ ਦਰਸ਼ਨ ਕਰਦਾ ਸੀ। ਉਹਦੇ ਘਰ ਦਾ ਵਿਹੜਾ ਅਤੇ ਉਸ ਵਿੱਚੋਂ ਦਿਸਦਾ ਅੰਬਰ ਆਪਣੇ ਆਪ ਵਿੱਚ ਹੀ ਖੁੱਲੇ ਸਨ। ਪਰ ਜਦੋਂ ਉਹ ਆਪਣੇ ਘਰੋਂ ਬਾਹਰ ਨਿਕਲਦਾ ਵਿਸ਼ਾਲ ਧਰਤੀ ਉਹਦੇ ਚ ਫੇਰੇ ਵਿਸ਼ੀ ਹੋਈ ਹੁੰਦੀ ਅਤੇ ਅਥਾ ਅੰਬਰ ਉਹਦੇ ਸਿਰ ਤੇ ਫੈਲਿਆ ਹੋਇਆ ਹੁੰਦਾ, ਉਹਦੀ ਨਜ਼ਰ ਉਰੇ ਰਹਿ ਜਾਂਦੀ ਤੇ ਧਰਤੀ ਅੰਬਰ ਦਾ ਪਸਾਰਾ ਅੱਗੇ ਲੰਘ ਜਾਂਦਾ। ਹੁਣ ਉਹਦੇ ਮਨ ਵਿੱਚ ਸਵਾਲ ਜਾਗਦਾ ਕਿਤੇ ਬੰਦੇ ਦੇ ਦਿਲ ਵੀ ਦੇ ਖੁੱਲਾ ਜਾਂ ਤੰਗ ਹੋਣ ਦੀ ਦਾ ਸੰਬੰਧ ਵੀ ਰੋਜ਼ ਰੋਜ਼ ਦੇਸ ਦੇ ਧਰਤੀ ਅੰਬਰ ਤੇ ਖੁੱਲੇ ਜਾਂ ਤੰਗ ਹੋਣ ਦੇ ਨਾਲ ਤਾਂ ਨਹੀਂ ਜਿਵੇਂ ਦੋ ਜਿਹੇ ਇੱਕੋ ਜਿਹੇ ਬੀਆਂ ਵਿੱਚੋਂ ਇੱਕ ਨਾਲ ਗਮਲੇ ਵਿੱਚ ਪੈਦਾ ਹੋਇਆ ਬੂਟਾ ਦੂਜੇ ਨਾਲ ਧਰਤੀ ਵਿੱਚ ਉੱਗੇ ਬੂਟੇ ਦਾ ਪਾਸਕ ਵੀ ਨਹੀਂ ਹੁੰਦਾ ਉਵੇਂ ਹੀ ਉਤੋਲਮੀ ਧਰਤੀ ਤੇ ਅਮਿਣਮੇ ਅੰਬਰ ਵਿੱਚ ਵੇਖਣ ਵਾਲਿਆਂ ਦੇ ਦਿਲਾਂ ਦੀ ਰੀਸ ਧਰਤੀ ਦੇ ਅੰਬਰ ਨੂੰ ਫੁੱਟਾਂ ਗਜਾਂ ਵਿੱਚ ਮੇੜਨ ਵਾਲੇ ਲੋਕ ਨਹੀਂ ਕਰ ਸਕਦੇ ਉਹਨੂੰ ਰੇਡੀਓ ਉੱਤੇ ਸੁਣੀ ਹੋਈ ਕਿਸੇ ਦੀ ਹਿੰਦੀ ਕਵਿਤਾ ਯਾਦ ਆਈ ਮੇਰੇ ਕਮਰੇ ਦੀ ਖਿੜਕੀ 'ਚੋਂ ਦਿਸਦਾ ਹੈ 5 ਫੁੱਟ ਆਕਾਸ਼ ਤਾਂ ਇਸ ਤਰ੍ਹਾਂ ਇੱਥੇ ਲੇਖਕ ਨੂੰ ਕੀ ਯਾਦ ਆਉਂਦਾ ਹੈ ਕਿ ਲੋਕਾਂ ਦੇ ਜਿਹੜੇ ਦਿਲ ਹੁੰਦੇ ਹਨ ਉਹ ਵੀ ਸ਼ਾਇਦ ਧਰਤੀ ਤੇ ਅਸਮਾਨ ਦੇ ਦਰਸ਼ਨਾਂ ਦੇ ਅਨੁਸਾਰ ਹੀ ਖੁੱਲੇ ਅਤੇ ਤੰਗ ਹੁੰਦੇ ਹਨ ਜਿਸ ਤਰ੍ਹਾਂ ਪਿੰਡਾਂ ਦੇ ਲੋਕ ਖੁੱਲੀ ਧਰਤੀ ਤੇ ਖੁੱਲਾ ਅਸਮਾਨ ਦੇਖਦੇ ਹਨ ਇਸ ਕਰਕੇ ਉਹਨਾਂ ਦੇ ਦਿਲ ਖੁੱਲੇ ਹੁੰਦੇ ਹਨ ਅਤੇ ਸ਼ਹਿਰੀ ਲੋਕ ਜਿਹੜੇ ਅਸਮਾਨ ਨੂੰ ਗਜਾਂ ਤੇ ਫੁੱਟਾਂ ਦੇ ਵਿੱਚ ਵੇਖਦੇ ਹਨ ਉਹਨਾਂ ਦੇ ਦਿਲ ਵੀ ਉਸੇ ਤਰ੍ਹਾਂ ਹੀ ਤੰਗ ਹੁੰਦੇ ਹਨ ਇਸ ਤਰ੍ਹਾਂ ਉਸ ਉਸ ਨੂੰ ਇਹਦੇ ਨਾਲ ਸੰਬੰਧਿਤ ਕੋਈ ਕਵਿਤਾ ਵੀ ਯਾਦ ਆਉਂਦੀ ਹੈ ਉਹਨੂੰ ਹੈਰਾਨ ਪਰੇਸ਼ਾਨ ਕਰਨ ਵਾਲੀ ਦੂਜੀ ਗੱਲ ਇਹ ਪਹਿਲੀ ਗੱਲ ਸੀ ਸਭ ਤੋਂ ਪਹਿਲਾਂ ਕਿ ਪਹਿਲੀ ਗੱਲ ਦੇ ਵਿੱਚ ਉਹ ਕੀ ਕਹਿੰਦਾ ਕਿ ਇੱਥੋਂ ਦੇ ਜਿਹੜੇ ਲੋਕ ਜਿਹੜੇ ਫਲੈਟਾਂ ਦੇ ਵਿੱਚ ਰਹਿੰਦੇ ਐ ਉਹਨਾਂ ਦੀ ਜ਼ਿੰਦਗੀ ਉਸ ਨੂੰ ਹੈਰਾਨ ਪਰੇਸ਼ਾਨ ਕਰਦੀ ਐ ਹੁਣ ਦੂਸਰੀ ਗੱਲ ਕਿਹੜੀ ਹੈ ਦੂਜੀ ਗੱਲ ਪਿਛਲੀ ਕਤਾਰ ਦੇ ਹੇਠਲੇ ਫਲੈਟ ਵਾਲਾ ਹੀਰਾ ਲਾਲ ਦੀ ਇੱਕ ਕਾਰ ਦੀ ਇੱਕ ਅਜੀਬ ਆਦਤ ਫਲੇਟਾਂ ਦੀਆਂ ਇਹਨਾਂ ਦੋਵਾਂ ਕਤਾਰਾਂ ਦੇ ਪਿਛਲੇ ਪਾਸੇ ਇੱਕ ਦੂਜੇ ਵੱਲ ਲੱਗਦੇ ਸਨ ਸਾਰੇ ਫਲੇਟ ਇੱਕ ਦੂਜੇ ਨਾਲ ਲੱਗਦੇ ਸੀ ਪਿਛਲੇ ਪਾਸੇ ਤੋਂ ਵਿਚਕਾਰ ਇੱਕ ਤੰਗ ਪੱਕੀ ਗਲੀ ਸੀ ਜਿਸ ਨੂੰ ਸਰਵਿਸ ਲੇਨ ਆਖਦੇ ਸਨ ਅਤੇ ਜੋ ਮਿਹਤ ਮਿਹਤਰਾਨੀ ਵਗੈਰਾ ਦੇ ਆਉਣ ਜਾਣ ਲਈ ਬਾਲਕੋਨੀ ਵਿੱਚੋਂ ਦੀਨਾ ਨਾ ਦੀ ਨਜ਼ਰ ਚਾਹੁੰਦੇ ਆ ਨਾ ਚਾਹੁੰਦੇ ਆ ਹੀਰਾ ਲਾਲ ਦੇ ਘਰ ਉੱਤੇ ਪੈ ਜਾਂਦੀ ਥੋੜੇ ਜਿਹੇ ਖਾਲੀ ਥਾਂ ਤੋਂ ਪਾਰ ਫਲੇਟਾਂ ਦੀ ਇੱਕ ਟੇਢੀ ਕਤਾਰ ਸੀ ਉਦੇ ਕੋਨੇ ਵਾਲੇ ਹੇਠਲੇ ਫਲੈਟ ਵਿੱਚ ਕਿਸੇ ਨੇ ਇੱਕ ਕਮਰੇ ਵਿੱਚ ਦੁਕਾਨ ਖੋਲੀ ਹੋਈ ਸੀ। ਹੀਰਾलाल ਸਵੇਰੇ-ਸਵੇਰੇ ਕਾਰ ਵਿੱਚ ਬੈਠਦਾ ਅਤੇ ਉਸ ਦੁਕਾਨ ਤੱਕ ਜਾਂਦਾ। ਦੁਕਾਨਦਾਰ ਕਾਊਂਟਰ ਦੇ ਪਿੱਛੇ ਆ ਪਿੱਛੋਂ ਆ ਕੇ ਉਸ ਨੂੰ ਕਾਰ ਵਿੱਚ ਬੈਠੇ ਨੂੰ ਸਿਗਰਟਾਂ ਦੀ ਡੱਬੀ ਫੜਾ ਦਿੰਦਾ ਅਤੇ ਪੈਸੇ ਫੜ ਲੈਂਦਾ। ਹੀਰਾलाल ਕਾਰ ਨੂੰ ਪੁੱਟ ਪੈਰੀ ਚਲਾ ਕੇ ਆਪਣੇ ਬੂਹੇ ਤੇ ਲਿਆ ਖੜੀ ਕਰਦਾ। ਲੋਕ ਮੂੰਹ ਹਨੇਰੇ ਲੰਮੀਆਂ ਸੈਰਾਂ ਕਰਦੇ ਸਨ। ਦਿਨ ਨੂੰ ਕੰਮਧੰਦਿਆਂ ਵਿੱਚ ਲੰਮੇ-ਲੰਮੇ ਪੰਦ ਮਾਰਦੇ ਸਨ ਤੇ ਇਹ ਆਦਮੀ ਸੀ ਕਿ 10 ਗੱਜ ਦੀ ਦੂਰੀ ਤੋਂ ਕਾਰ ਵਿੱਚ ਸਿਗਰਟ ਖਰੀਦਣ ਜਾਂਦਾ ਸੀ ਪਰ ਅਜਿਹਾ ਨਖਰਾ ਕਰਨ ਵਾਲਾ ਹੀਰਾ ਲਾਲ ਇਕੱਲਾ ਨਹੀਂ ਸੀ ਹੋਰ ਕਿਸੇ ਨੂੰ ਵੀ 10 ਗੱਜ ਦੂਰ ਜਾਣ ਦੀ ਲੋੜ ਪੈਂਦੀ ਉਹ ਸਕੂਟਰ ਨੂੰ ਕਿੱਕਾ ਮਾਰਨ ਲੱਗਦਾ ਹੋਰ ਤਾਂ ਹੋਰ ਉਹਦੇ ਪਾਣ ਜੀ ਸਤੀਸ਼ ਨੇ ਵੀ ਕਿੰਨਾ ਹੀ ਨੇੜੇ ਜਾਣਾ ਹੁੰਦਾ ਪੌੜੀਆਂ ਦੇ ਮੋਢ ਖਲੋਤਾ ਸਕੂਟਰ ਕੱਢ ਲੈਂਦਾ ਅਗਲੇ ਸਟਾਪ ਤੱਕ ਜਾਣ ਵਾਲੇ ਲੋਕ ਬੱਸ ਦੀ ਉਡੀਕ ਵਿੱਚ ਉਸ ਨਾਲੋਂ ਦੁੱਗਣਾ ਸਮਾਂ ਖੁਲੋਤੇ ਉਬਾਸੀਆਂ ਲੈਂਦੇ ਰਹਿੰਦੇ ਜਿੰਨਾ ਸਮਾਂ ਉਹਨਾਂ ਨੂੰ ਉੱਥੋਂ ਤੱਕ ਪੈਦਲ ਜਾਣ ਲਈ ਲੱਗਣਾ ਸੀ ਉਸ ਦਿਨ ਤਾਂ ਉਹਨੇ ਇਸ ਵਰਤਾਰੇ ਦੀ ਹੱਦ ਹੀ ਦੇਖ ਲਈ ਜਿਸ ਦਿਨ ਨੇੜਲੇ ਛੋਟੇ ਪਾਰਕ ਦੀ ਥਾਂ ਕਿਸੇ ਵੱਡੇ ਪਾਰਕ ਵਿੱਚ ਸੈਰ ਕਰਨ ਦੀ ਇੱਛਾ ਨਾਲ ਉਸ ਤੀਸ਼ ਨੂੰ ਤੁਰਾ ਪੁੱਛ ਕੇ ਉੱਥੇ ਪੁੱਜਿਆ ਪਾਰਕ ਦੇ ਬਾਹਰ ਸਕੂਟਰਾਂ ਕਾਰਾਂ ਦੀ ਅਥਾਹ ਭੀੜ ਸੀ ਪਤਾ ਲੱਗਿਆ ਕਿ ਇਹ ਲੋਕ ਇਹਨਾਂ ਤੇ ਸਵਾਰ ਹੋ ਕੇ ਸੈਰ ਕਰਨ ਆਏ ਹਨ ਦੀਨਾਨਾਥ ਨੂੰ ਇਹ ਗੱਲ ਬਹੁਤ ਹੈਰਾਨ ਕਰਨ ਵਾਲੀ ਸੀ ਉਹਨੇ ਸੋਚਿਆ ਕਿ ਲੋਕ ਸੈਰ ਕਰਨ ਵੀ ਆਏ ਹਨ ਤੇ ਆਏ ਵੀ ਸਕੂਟਰਾਂ ਕਾਰਾਂ ਤੇ ਹਨ ਤੇ ਵੀ ਇਸ ਤਰ੍ਹਾਂ ਸ਼ਹਿਰੀ ਲੋਕ ਹੈ ਜਿਹੜੇ ਉਹ ਤੁਰਨਾ ਬਿਲਕੁਲ ਪਸੰਦ ਨਹੀਂ ਕਰਦੇ ਜੇ ਉਹਨਾਂ ਨੇ ਥੋੜੀ ਦੂਰ ਵੀ ਜਾਣਾ ਹੁੰਦਾ ਹੈ ਉਹ ਸਕੂਟਰ ਜਾਂ ਕਾਰ ਕੱਢ ਲੈਂਦੇ ਹਨ ਇਸ ਦੀ ਉਦਾਹਰਣ ਉਹਨੇ ਇੱਕ ਤਾਂ ਆਪਣੇ ਗਵਾਂਢੀ ਦੀ ਦਿੱਤੀ ਹੈ ਜਿਹੜਾ ਕਿ ਸਿਗਰਟ ਲੈਣ ਵੀ ਹੀਰਾ ਲਾਲ ਨਾਮ ਦਾ ਇੱਕ ਵਿਅਕਤੀ ਸੀ ਜਿਹੜਾ ਸਿਗਰਟ ਲੈਣ ਨੇੜੇ ਦੀ ਦੁਕਾਨ ਤੋਂ ਕਾਰ ਤੇ ਜਾਂਦਾ ਸੀ ਇਸ ਤੋਂ ਇਲਾਵਾ ਉਹ ਆਪਣੇ ਭਾਂਜੇ ਦੀ ਵੀ ਗੱਲ ਕਰਦਾ ਹੈ ਕਿ ਮੇਰਾ ਭਾਂਜਾ ਵੀ ਜਦੋਂ ਕਿਤੇ ਨੇੜੇ ਦੂਰ ਜਾਣਾ ਹੁੰਦਾ ਤਾਂ ਸਕੂਟਰ ਲੈ ਕੇ ਜਾਂਦਾ ਸੀ ਮਤਲਬ ਤੁਰਨਾ ਸ਼ਹਿਰੀ ਲੋਕ ਬਿਲਕੁਲ ਪਸੰਦ ਨਹੀਂ ਕਰਦੇ ਉਹ ਉਸ ਤੋਂ ਜ਼ਿਆਦਾ ਜਿੰਨੇ ਸਮੇਂ ਵਿੱਚ ਅਗਲੇ ਸਟਾਪੇਜ ਤੇ ਉਹ ਤੁਰ ਕੇ ਪਹੁੰਚ ਸਕਦੇ ਹਨ ਉਸ ਤੋਂ ਜ਼ਿਆਦਾ ਸਮਾਂ ਉਹ ਵਸ ਦੀ ਉਡੀਕ ਕਰਦੇ ਹੋਏ ਲੰਘਾ ਦਿੰਦੇ ਹਨ ਇਸ ਤਰ੍ਹਾਂ ਦੂਜੀ ਗੱਲ ਉਹਨੂੰ ਬੜੀ ਹੈਰਾਨ ਕਰਦੀ ਹੈ ਦਿਨਾਨਾਥ ਅਤੇ ਕੁਝ ਹੋਰ ਅਧਿਆਪਕਾਂ ਦਾ ਸਿੱਖਿਆ ਵਿਭਾਗ ਨਾਲ ਬਕਾਏ ਦਾ ਝਗੜਾ ਸੀ ਤੇ ਉਹ ਮਾਮਲਾ ਸੁਪਰੀਮ ਕੋਰਟ ਤੱਕ ਲੈ ਆਏ ਸਨ ਬਾਕੀ ਸਾਰੇ ਰਾਤ ਦੀ ਗੱਡੀ ਵਾਪਸ ਹੋ ਗਏ ਸਨ ਪਰ ਪਹਿਲਾ ਹੀ ਘਰੇ ਕੀਤੀ ਸਲਾਹ ਅਨਸਾਰ ਭਾਣਜੇ ਨੂੰ ਮਿਲਣ ਆ ਗਿਆ ਸੀ ਨਦੀਨਾਥ ਸਤੀਸ਼ ਅਤੇ ਸੁਦੇਸ਼ ਉਹਦੇ ਆਉਣ ਉੱਤੇ ਦਿਲੋਂ ਖੁਸ਼ ਸਨ ਉਹ ਆਖਦੇ ਸਨ ਆਰਾਮ ਨਾਲ ਮਹੀਨਾ ਦੋ ਮਹੀਨੇ ਰਹੋ ਘਰ ਕਹਿ ਕੇ ਤਾਂ ਆਏ ਹੀ ਹੋ ਫਿਰ ਵੀ ਚਿੱਠੀ ਪਾ ਪਾ ਦਿੰਦੇ ਹਾਂ ਪੋਤਾ-ਪੋਤੀ ਜਦੋਂ ਘਰ ਹੁੰਦੇ ਦਾਦਾ ਜੀ ਦਾਦਾ ਜੀ ਕਰਦੇ ਉਹਨੂੰ ਰੁਝਾਈ ਰੱਖਦੇ ਤੇ ਜਦੋਂ ਉਹ ਨਾ ਥੋਕੇ ਵਰਦੀ ਪਾ ਕੇ ਤਿਆਰ ਹੋ ਕੇ ਸਕੂਲ ਜਾਂਦੇ ਤਦ ਦੀਨਾ ਨਾਥ ਨੂੰ ਬਹੁਤ ਪਿਆਰੇ ਲੱਗਦੇ ਉਹ ਉਹਨਾਂ ਦੇ ਮੱਥੇ ਚੁੰਮਦਾ ਤੇ ਅਸੀਸਾਂ ਦਿੰਦਾ ਦੀਨਾ ਨਾਥ ਬਾਰੇ ਹੁਣ ਬੇਟਾ ਦੱਸਿਆ ਗਿਆ ਕਿ ਉਹ ਸ਼ਹਿਰ ਵਿੱਚ ਕਿਉਂ ਆਇਆ ਸੀ ਕਿਉਂਕਿ ਉਹ ਉਹ ਇੱਕ ਸਕੂਲ ਅਧਿਆਪਕ ਸੀ ਅਤੇ ਉਹਨਾਂ ਨਾਲ ਸਰਕਾਰ ਉਹਨਾਂ ਦਾ ਸਰਕਾਰ ਨਾਲ ਕੋਈ ਝਗੜਾ ਚੱਲ ਰਿਹਾ ਸੀ ਵਿਭਾਗ ਦੇ ਬਕਾਏ ਦਾ ਤੇ ਉਸ ਦੀ ਜਿਹੜੀ ਪੇਸ਼ੀ ਸੀ ਉਹ ਸੁਪਰੀਮ ਕੋਰਟ ਵਿੱਚ ਸੀ ਉਸਦੇ ਜਿਹੜੇ ਸਾਥੀ ਆਏ ਸੀ ਉਹ ਰਾਤ ਦੀ ਗੱਡੀ ਵਾਪਸ ਹੋ ਗਏ ਸੀ ਪਰ ਉਹ ਪਹਿਲਾਂ ਹੀ ਘਰੋਂ ਦੱਸ ਕੇ ਆਇਆ ਸੀ ਕਿ ਉਹ ਆਪਣੇ ਭਾਣਜੇ ਕੋਲ ਰਹੇਗਾ ਅਤੇ ਉਸਨੇ ਭਾਣ ਜੀ ਨੇ ਉਹਦਾ ਬਹੁਤ ਸਵਾਗਤ ਕੀਤਾ ਤੇ ਉਸ ਨੂੰ ਕਿਹਾ ਕਿ ਹੁਣ ਉਹ ਮਹੀਨਾ ਦੋ ਮਹੀਨੇ ਉਹਨਾਂ ਦੇ ਕੋਲ ਰਹੇ ਇਹੋ ਤੀਜੀ ਗੱਲ ਸੀ ਕਿ ਜਿਹੜੀ ਉਹਨੂੰ ਬੜੀ ਖੁਸ਼ੀ ਦਿੰਦੀ ਸੀ ਕਿ ਇੱਥੋਂ ਦੇ ਬੱਚੇ ਸੀ ਜਿਹੜੇ ਉਹਦੇ ਪੋਤਾ-ਪੋਤੀ ਜਾਂ ਬਾਕੀ ਬੱਚੇ ਉਹ ਹੱਸਦੇ ਹੱਸਦੇ ਸਕੂਲ ਜਾਂਦੇ ਸੀ ਇਹੋ ਤੀਜੀ ਗੱਲ ਸੀ ਜਿਸ ਸਦਕਾ ਦੀਨਾਨਾ ਦਾ ਦਿਲ ਖਿੜ ਜਾਂਦਾ ਪੋਤੇ-ਪੋਤੀ ਦਾ ਸਕੂਲ ਜਾਣਾ ਹੀ ਨਹੀਂ ਸਗੋਂ ਪੜਨ ਜਾਂਦੇ ਬੱਚਿਆਂ ਦੀਆਂ ਟੋਲੀਆਂ ਦੀਆਂ ਟੋਲੀਆਂ ਦਾ ਨਜ਼ਾਰਾ ਉਹਦੇ ਸੀਨੇ ਠੰਡ ਪਾ ਦਿੰਦਾ। ਸੇਵਾਮੁਕਤ ਹੋ ਕੇ ਵੀ ਦੀਨਾ ਨਾਥ ਨੇ ਡੂੰਗੇ ਸਵੇਰੇ ਉੱਠਣ ਦੀ ਆਦਤ ਨਹੀਂ ਛੱਡੀ ਸੀ। ਚੰਗੀ ਗੱਲ ਇਹ ਸੀ ਹੋਈ ਕਿ ਉੱਥੇ ਸਵਕਤੇ ਉੱਠਣ ਨਾਲ ਉਹਨੂੰ ਟੱਬਰ ਦੀ ਨੀਂਦ ਵਿੱਚ ਵਿਗਨ ਪੈਣ ਦਾ ਡਰ ਨਹੀਂ ਸੀ। ਸੁਦੇਸ਼ ਉਹ ਤੋਂ ਵੀ ਪਹਿਲਾਂ ਉੱਠ ਖਲੋਂਦੀ ਸੀ। ਉਹਨੇ ਸਤੀਸ਼ ਦੇ ਦਫ਼ਤਰ ਅਤੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਸੀ। ਸੁਦੇਸ਼ ਨੂੰ ਦਫ਼ਤਰ ਅਤੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਸੀ। ਦਿਨਨਾਥ ਮੂੰਹ ਤੋਂ ਹੰਦਾ, ਕੋਰਲੀ ਕਰਦਾ, ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰਦਾ ਅਤੇ ਕੁਝ ਦੂਰ ਬਣੇ ਹੋਏ ਪਾਰਕ ਵਿੱਚ ਸੈਰ ਲਈ ਨਿਕਲ ਜਾਂਦਾ। ਜਦੋਂ ਉਹਨੂੰ ਲੱਗਦਾ ਕਿ ਉਹਦੇ ਪੈਰਾਂ ਨੇ ਓਨੀ ਵਾਟ ਕਰ ਲਈ ਹੋਵੇਗੀ ਜਿੰਨੀ ਉਹ ਨਹਿਰ ਦੀ ਪਟੜੀ-ਪਟੜੀ ਜਾ ਕੇ ਕਰਕੇ ਆਉਂਦਾ ਸੀ, ਤਾਂ ਉਹ ਵਾਪਸ ਤੁਰ ਪੈਂਦਾ। ਬਾਲਕੋਨੀ ਵਿੱਚ ਬੈਠ ਕੇ ਦਿਨਨਾਥ ਚਾਹ ਪੀਣ ਲੱਗਦਾ, ਤਾਂ ਪਿੱਠਾਂ ਪਿੱਛੇ ਵਸਤੇ ਲਟਕਾਈ, ਬੱਚੇ ਘਰਾਂ ਨੂੰ ਨਿਕਲ ਪੈਂਦੇ, ਨਾਤੇ ਤੋਤੇ ਸਕੂਲੀ ਵਰਦੀਆਂ ਵਿੱਚ ਮੈਂ ਸਜੇ ਸਵਰੇ ਮੁੰਡੇ ਕੁੜੀਆਂ ਉਹਦੀਆਂ ਅੱਖਾਂ ਵਿੱਚ ਠਾਢਣ ਪਾ ਦਿੰਦੇ ਦਿਨਾਂ ਨਾਥ ਨੂੰ ਸਾਰੀ ਉਮਰ ਇਹ ਚੋਰਾ ਰਿਹਾ ਸੀ ਕਿ ਉਹ ਇੱਛਾ ਅਨੁਸਾਰ ਉੱਚੀ ਤਾਲੀਮ ਪ੍ਰਾਪਤ ਨਹੀਂ ਸੀ ਕਰ ਸਕਿਆ ਘਰ ਦੀ ਹਾਲਤ ਦੀ ਮੰਗ ਸੀ ਕਿ ਉਹ میٹرਿਕ ਕਰਕੇ ਅਧਿਆਪਕ ਲੱਗ ਗਿਆ ਪੰਜਾਬੀ ਭਾਸ਼ਾ ਦੇ ਅਧਿਆਪਕ ਵਿੱਚ ਓਟੀ ਕੋਰਸ ਵੀ ਉਹਨੇ ਮੰਗ ਰੋ ਨੌਕਰੀ ਕਰਦਿਆਂ ਹੀ ਕੀਤਾ ਸੀ ਸੰਦ ਉਸ ਕੋਲ میٹرਿਕ ਹੀ ਰਹਿ ਗਈ ਸੀ ਮਤਲਬ ਸਰਟੀਫਿਕੇਟ ਉਹਦੇ ਕੋਲੇ ਸਿਰਫ ਦਸਵੀਂ ਦਾ ਹੀ ਸੀ میٹرਿਕ ਦਾ ਸੀ ਉਸ ਪਿੱਛੋਂ ਉਹ ਕੁਝ ਵੀ ਜੋ ਕੁਝ ਵੀ ਪੜਿਆ ਆਪਣੀ ਲਗਨ ਸਦਕਾ ਹੀ ਪੜਿਆ ਸੀ ਉਹ ਵਿਦਿਆ ਨੂੰ ਤੀਜਾ ਨੇਤਰ ਮੰਨਣ ਵਾਲਿਆਂ ਵਿੱਚੋਂ ਸੀ ਆਪਣੇ ਸਾਰੇ ਅਧਿਆਪਨ ਕਾਲ ਦੌਰਾਨ ਉਹਦਾ ਯਤਨ ਰਿਹਾ ਸੀ ਕਿ ਉਹ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਇਹ ਤੀਜਾ ਨੇਤਰ ਜਾਗਰਿਤ ਹੋ ਸਕੇ ਕੇਵਲ ਉਹਦੇ ਵਿਦਿਆਰਥੀਆਂ ਦਾ ਹੀ ਨਹੀਂ ਸਗੋਂ ਵਿਦਿਆਦ ਸਭ ਨੂੰ ਵਿਦਿਆ ਦਾ ਨੇਤਰ ਸਭ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ ਪਰ ਉਸ ਸਮੇਂ ਬਹੁਤੇ ਪਿੰਡਾਂ ਵਿੱਚ ਤਾਂ ਸਕੂਲ ਹੀ ਨਹੀਂ ਸਨ ਕੁੜੀਆਂ ਨੂੰ ਪੜਾਉਣ ਦਾ ਅਜੇ ਰਿਵਾਜ ਵੀ ਨਹੀਂ ਸੀ ਪਿਆ ਗਿੰਤੀ ਦੇ ਜਿਹੜੇ ਮੁੰਡੇ ਪਿੰਡਾਂ ਵਿੱਚੋਂ ਪ੍ਰਾਇਮਰੀ ਪਾਸ ਕਰਕੇ ਸ਼ਹਿਰਾਂ ਦੇ ਸਕੂਲਾਂ ਵਿੱਚ ਦਾਖਲ ਹੋ ਜਾਂਦੇ ਇੱਕ ਇੱਕ ਕਰਕੇ ਘਿਰਦੇ ਜਾਂਦੇ ਮਤਲਬ ਇੱਕ ਇੱਕ ਕਰਕੇ ਹਟਣ ਲੱਗ ਜਾਂਦੇ ਕੋਈ ਕਰਮਾ ਵਾਲਾ ਹੀ 10ਵੀਂ ਤੋਂ ਪਾਰ ਹੁੰਦਾ ਉਹਨੂੰ ਆਪਣਾ ਜਮਾਤੀ ਮੁਕੰਨ ਯਾਦ ਆਇਆ ਜੋ ਸਕੂਲ ਦਾ ਕੰਮ ਨਾ ਕੀਤਾ ਜੋ ਜੇ ਸਕੂਲ ਦਾ ਨਾ ਕੰਮ ਨਾ ਕੀਤਾ ਹੁੰਦਾ ਉਹ ਇੱਧਰ ਉੱਧਰ ਪਾਉਂਦਾ ਰਹਿੰਦਾ ਜਾਂ ਨਹਿਰ ਦੇ ਕਿਨਾਰੇ ਸੌਂ ਜਾਂਦਾ ਦੁਪਹਿਰ ਟਾਲੀ ਤੋਂ ਉਹ ਪੋਣੇ ਵਿੱਚ ਬੰਨੀ ਹੋਈ ਚੂਰੀ ਖਾਂਦਾ ਅਤੇ ਸਕੂਲੋਂ ਪੜ ਕੇ ਆਏ ਆਇਆ ਵਾਂਗ ਬਾਕੀ ਮੁੰਡਿਆਂ ਦੇ ਨਾਲ ਘਰ ਪਹੁੰਚ ਜਾਂਦਾ ਹੌਲੀ ਹੌਲੀ ਅਜਿਹੇ ਦਿਨਾਂ ਦੀ ਗਿਣਤੀ ਵਾਧੀ ਗਈ ਅਤੇ ਸਕੂਲ ਜਾਣ ਦੇ ਦਿਨ ਕੱਟਦੇ ਗਏ ਆਖਰਨਾ ਕੱਟਿਆ ਗਿਆ ਉਹ ਕਰਦਿਆਂ ਦੀ ਕੁਝ ਦਿਨ ਦੀ ਘੂਰ ਕੱਪ ਤੋਂ ਇਹ ਫਿਰ ਫਿਟ ਲਾਂਤ ਮੰਗਰੋਂ ਪੜ੍ਹਾਈ ਦੇ ਨਾਲ ਜੰਜਾਲ ਤੋਂ ਪੜ੍ਹਾਈ ਦੇ ਇਸ ਜੰਜਾਲ ਤੋਂ ਮੁਕਤ ਹੋ ਗਿਆ ਵਾਰ ਮੰਗਰੋ ਪੂਰਾ ਜੀਵਨ ਗਰੀਬੀ ਦੇ ਹਨੇਰੇ ਵਿੱਚ ਭਟਕਦਾ ਰਿਹਾ ਅਤੇ ਖੁੰਝਾਏ ਹੋਏ ਮੌਕੇ ਨੂੰ ਪਛਤਾਉਂਦਾ ਰਿਹਾ ਮਤਲਬ ਉਹਨੂੰ ਆਪਣਾ ਦੋਸਤ ਸੀ ਜਿਹੜਾ ਆਪਣਾ ਜਮਾਤੀ ਮੁਕੰਦ ਯਾਦ ਆਉਂਦਾ ਇਹਨਾਂ ਬੱਚਿਆਂ ਨੂੰ ਦੇਖ ਕੇ ਪੜਨ ਜਾਂਦੇ ਬੱਚਿਆਂ ਨੂੰ ਦੇਖ ਕੇ ਜੋ ਕਿ ਪੜਨ ਵਿੱਚ ਦਿਲਚਸਪੀ ਨਹੀਂ ਲੈਂਦਾ ਸੀ ਤੇ ਆਖਰਕਾਰ ਉਸਨੂੰ ਸਕੂਲੋਂ ਹਟਣਾ ਪਿਆ ਸੀ ਤੇ ਬਾਅਦ ਵਿੱਚ ਉਹ ਇਸ ਗੱਲ ਨੂੰ ਪਛਤਾਉਂਦਾ ਰਿਹਾ ਸੀ ਬਾਲਕੋਨੀ ਵਿੱਚ ਬੈਠਿਆਂ ਹਰ ਬੱਚੇ ਨੂੰ ਸਕੂਲ ਜਾਂਦਾ ਦੇਖ ਕੇ ਉਹਨੂੰ ਆਪਣੀ ਰੀਜ ਪੂਰੀ ਹੋ ਰਹੀ ਮਹਿਸੂਸ ਹੁੰਦੀ ਉਹ ਆਪਣੇ ਵੇਲੇ ਸਕੂਲ ਵਿੱਚ ਮਿਲੇ ਬੱਚਿਆਂ ਨੂੰ ਪੜ੍ਹਾਉਣ ਤੱਕ ਹੀ ਸੀਮਤ ਨਹੀਂ ਸੀ ਰਿਹਾ ਉਹ ਹੋਰ ਲੋਕਾਂ ਨੂੰ ਵੀ ਪ੍ਰੇਰਦਾ ਸੀ ਕਿ ਬੱਚਿਆਂ ਨੂੰ ਸਕੂਲ ਭੇਜਣ ਆਪਣੇ ਪਿੰਡ ਵਾਸੀਆਂ ਨੂੰ ਸਕੂਲ ਉਸਾਰਨ ਲਈ ਪ੍ਰੇਰਨ ਵਾਲਾ ਪ੍ਰੇਰਣਾ ਦੇਣ ਪ੍ਰੇਰਣਾ ਦੇਣ ਵਾਲਾ ਦੀਨਾ ਨਾਥੀ ਸੀ ਤੇ ਫਿਰ ਸਕੂਲ ਖਲਵੋਣ ਲਈ ਸਰਕਾਰੀ ਦਫ਼ਤਰਾਂ ਦੀ ਖਾਕ ਵੀ ਸਭ ਤੋਂ ਵੱਧ ਉਸੇ ਨੇ ਛਾਣੀ ਸੀ ਪਰ ਸਕੂਲ ਹੋਣ ਦੇ ਬਾਵਜੂਦ ਉੱਥੇ ਬੱਚਿਆਂ ਦੀ ਪੜ੍ਹਾਈ ਦੇ ਰਾਹ ਵਿੱਚ ਅਜੇ ਵੀ ਅਨੇਕਾਂ ਰੁਕਾਵਟਾਂ ਸਨ ਇਨ੍ਹਾਂ ਫਲੈਟਾਂ ਦਾ ਇੱਕ ਵੀ ਬੱਚਾ ਅਜਿਹਾ ਨਹੀਂ ਸੀ ਜੋ ਸਕੂਲ ਨਾ ਜਾਂਦਾ ਹੋਵੇ ਦੀਨanath ਮੰਨਦੀਆਂ ਅੱਖਾਂ ਨਾਲ ਵੇਖਦਾ ਕਿ ਸਰਸਪਤੀ ਆਪਣੇ ਹੱਥੀ ਮੋਰ ਖੰਬ ਨਾਲ ਇਹਨਾਂ ਬੱਚਿਆਂ ਦੇ ਮਸਤਕਾਂ ਉੱਤੇ ਤੀਜਾ ਨੇਤਰ ਉਲੀਕ ਰਹੀ ਸੀ ਪਰ ਹੀਰਾ ਲਾਲ ਦੇ 7-8 ਸਾਲ ਦੇ ਮੁੰਡੇ ਦੇ ਲੱਛਣ ਉਹਨੂੰ ਮੁਕੰਦ ਦੇ ਵਿਦਿਆਰਥੀ ਜੀਵਨ ਦਾ ਚੇਤਾ ਕਰਵਾ ਦਿੰਦੇ ਪਰ ਜਿਹੜਾ ਹੀਰਾ ਲਾਲ ਉਹਦਾ ਗਵਾਂਡੀ ਸੀ ਜੋ ਸਿਗਰਟ ਲੈਣਕਾਰ ਤੇ ਜਾਂਦਾ ਸੀ ਉਹਦਾ ਮੁੰਡਾ ਸੀ ਜਿਹੜਾ ਉਹਨੂੰ ਉਹਨੂੰ ਦੇਖ ਕੇ ਉਹਨੂੰ ਆਪਣੇ ਦੋਸਤ ਮੁਕੰਦ ਦੀ ਯਾਦ ਆ ਜਾਂਦੀ ਜੋ ਪੜਨ ਵਿੱਚ ਇੱਛਾ ਨਹੀਂ ਸੀ ਰੱਖਦਾ ਉਹ ਤਾਂ ਜਿਵੇਂ ਮਸਤ ਕੁੱਤੇ ਤੀਜਾ ਨੇਤਰ ਉਲੇਖਣ ਦਾ ਯਤਨ ਕਰ ਰਹੀ ਸਰਸਵਤੀ ਦੇ ਹੱਥ ਪਰਾਂ ਝਟਕ ਰਿਹਾ ਸੀ ਸਕੂਲੋਂ ਭਰਤ ਕੇ ਉਹ ਬਸਤਾ ਸੁੱਟਦਾ ਤੇ ਕੱਪੜੇ ਬਦਲੇ ਬਿਨਾਂ ਹੀ ਗੇਂਦ ਬੱਲਾ ਲੈ ਕੇ ਘਰ ਨਾਲ ਲੱਗਦੇ ਛੋਟੇ ਜਿਹੇ ਮੈਦਾਨ ਵਿੱਚ ਨਿਕਲ ਜਾਂਦਾ ਉਸੇ ਮੈਦਾਨ ਵਿੱਚ ਜਿਸ ਵਿੱਚੋਂ ਦੀ ਕਾਰ ਲਿਜਾ ਕੇ ਹਰ ਸਵੇਰੇ ਉਹਦਾ ਪਿਤਾ ਸਿਗਰਟਾਂ ਖਰੀਦਣ ਜਾਂਦਾ ਸੀ ਉਸੇ ਵਰਗੇ ਕੁਝ ਹੋਰ ਮੁੰਡੇ ਆ ਜੋੜਦੇ ਫਿਰ ਖੇਡਦੀ ਖੇਡਦੀ ਚੱਲ ਸੋ ਚੱਲ ਹੁੰਦੀ ਉਹਦੀ ਮਾਂ ਕੋਜ ਖਾ ਪੀ ਲੈਣ ਲਈ ਆਵਾਜ਼ਾਂ ਮਾਰਦੀ ਰਹਿੰਦੀ ਪਰ ਉਹ ਕੋਈ ਧਿਆਨ ਨਾ ਦਿੰਦਾ ਪਰ ਉਹਨੂੰ ਕੂਰ ਕੱਪ ਕੇ ਕੰਧ ਉੱਤੋਂ ਦੀ ਸੇਬ ਜਾਂ ਕੇਲਾ ਫੜਾ ਦਿੰਦੀ ਉਹ ਇੱਕ ਅੱਧੀ ਬੁਰਕੀ ਭਰਦਾ ਤੇ ਬਾਕੀ ਵਗਾ ਕੇ ਸੁੱਟਦਿਆਂ ਰੋਲਾ ਪਾਉਂਦੇ ਮੁੰਡਿਆਂ ਨਾਲ ਵਿੱਚ ਜਰਲਦਾ ਪਿਛਲੇ ਪਹਿਰ ਇੱਕ ਅਧਿਆਪਕ ਟਿਊਸ਼ਨ ਪੜਾਉਣ ਲਈ ਆਉਂਦਾ ਉਹ ਅਣਮਨਨੇ ਜਿਹੇ ਮਨ ਨਾਲ ਘਰ ਪਰਤਦਾ ਅਤੇ ਵਿੜੇ ਵਿੱਚ ਅਧਿਆਪਕ ਕੋਲ ਬੈਠਦਾ ਅਤੇ ਉਹਦੇ ਜਾਂਦਿਆਂ ਹੀ ਕਿਤਾਬਾਂ ਸੁੱਟ ਕੇ ਘਰੋਂ ਭੱਜ ਜਾਂਦਾ ਦੀਨਾ ਨਾਥ ਇਸ ਮੁੰਡੇ ਨੂੰ ਗੱਲ ਵੇਖ ਕੇ ਦੁਖੀ ਹੁੰਦਾ ਅਤੇ ਉਹਦੇ ਖਰਾਬ ਹੋਣ ਵਾਲੇ ਹੋਣ ਦੇ ਕਾਰਨ ਅਤੇ ਉਸ ਦਾ ਖਰਾਬ ਹੋਣ ਦਾ ਕਾਰਨ ਸੁਖ ਸਾਧਨਾ ਦੀ ਬੋਲ ਤੁਹਾਨੂੰ ਸਮਝਦਾ ਦੂਰੋਂ ਬਾਲਕੋਨੀ ਵਿੱਚੋਂ ਦੀ ਹੀਰਾ ਲਾਲ ਦੇ ਘਰ ਦਾ ਜਲ ਜਲੌ ਉਸ ਤੋਂ ਲੁਕਿਆ ਨਹੀਂ ਸੀ ਮਤਲਬ ਉਹ ਸਮਝਦਾ ਕਿ ਇਹਦੇ ਪੜਨ ਦਾ ਨਾ ਪੜਨ ਦਾ ਕਾਰਨ ਉਸ ਨੂੰ ਮਿਲ ਰਹੀਆਂ ਸਹੂਲਤਾਂ ਨੇ ਮਤਲਬ ਕਿ ਜੋ ਲਾੜ ਪਿਆਰ ਅਤੇ ਸਹੂਲਤਾਂ ਨੂੰ ਮਿਲ ਰਹੀਆਂ ਨੇ ਉਹ ਇਸ ਨੂੰ ਵਿਗਾੜ ਰਹੀਆਂ ਨੇ ਤੇ ਉਹ ਪੜਾਈ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਉਹ ਦੂਰੋਂ ਬਾਲਕੋਨੀ ਵਿੱਚੋਂ ਇਹਨਾਂ ਦਾ ਘਰ ਦਾ ਜਲ ਜਲੌ ਮਤਲਬ ਰੈਣੀ ਸੈਣੀ ਦੇਖਦਾ ਸੀ ਜਿਸ ਤੋਂ ਸਪਸ਼ਟ ਪਤਾ ਲੱਗਦਾ ਸੀ ਕਿ ਉਹਨਾਂ ਦੇ ਘਰ ਹਰ ਇੱਕ ਚੀਜ਼ ਦੀ ਸਹੂਲਤ ਹੈ। ਵਿਹੜੇ ਵਿੱਚ ਖੂਬਸੂਰਤ ਪੱਥਰ ਲੱਗਿਆ ਹੋਇਆ ਸੀ। ਖਿੜਕੀ ਵਿੱਚੋਂ ਸਜਾਵਟ ਅਤੇ ਭਰਿਆਪੂਰਨਿਆ ਰਸੋਈ ਦਾ ਅੰਦਰ ਦੇਖਦਾ ਸੀ। ਚੌੜੇ ਦਰਵਾਜ਼ੇ ਵਿੱਚੋਂ ਡਰਾਇੰਗ ਰੂਮ ਦੇ ਮਹਿੰਗੇ ਗਲੀਚੇ ਤੇ ਸੋਫੇ ਦੀ ਝਲਕ ਦਿਸ ਜਾਂਦੀ ਸੀ। ਜਿਨ੍ਹਾਂ ਨੂੰ ਸਹੂਲਤਾਂ ਪ੍ਰਾਪਤ ਨਹੀਂ ਹੁੰਦੀਆਂ ਉਹ ਤਰਸਦੇ ਨੇ ਤੇ ਜੇ ਪ੍ਰਾਪਤ ਹੁੰਦੀਆਂ ਨੇ ਤਾਂ ਉਹ ਉਹ ਕੀ ਦਾ ਕੀ ਕਰ ਲੈਂਦੇ। ਪਰ ਇਹ ਮੁੰਡਾ ਸਭ ਸਹੂਲਤਾਂ ਦੇ ਹੁੰਦਿਆਂ ਵੀ ਇਸ ਤੀਜ ਅੰਤ ਤਿੰਨ ਨੇਤਰੇ ਯੁੱਗ ਵਿੱਚ ਦੋ ਨੇਤਰਾ ਰਹਿਣ ਦੇ ਪੁੱਠੇ ਰਾਹ ਪਿਆ ਹੋਇਆ ਸੀ ਆਧ ਜੁਗਾਤ ਤੋਂ ਅਨਪੜਾਂ ਵੱਲੋਂ ਕੀਤੇ ਜਾ ਰਹੇ ਖੇਤੀ ਵਾਲੇ ਵਰਗੇ ਕੰਮ ਵਿੱਚ ਵੀ ਤਾਂ ਹੁਣ ਪੜਿਆਂ ਲਿਖਿਆਂ ਦੇ ਕਾਰਨ ਜੋਗੇ ਹੀ ਰਹਿ ਗਏ ਹਨ ਦਿਨਾਨਾਥ ਸੋਚਦਾ ਇਹ ਮੁੰਡਾ ਅਨਪੜ ਰਹਿ ਕੇ ਪਿਓ ਵਾਲਾ ਸ਼ਹਿਰੀ ਕੰਮ ਧੰਦਾ ਕਿਵੇਂ ਸਾਂਭੇਗਾ ਉਸ ਨੂੰ ਉਸ ਦੀ ਫਿਕਰ ਹੋਈ ਰਹਿੰਦੀ ਕਿ ਇਹ ਕਿਸ ਤਰ੍ਹਾਂ ਆਪਣੇ ਪਿਓ ਦਾ ਕੰਮ ਸਾਂਭੇਗਾ ਅਨਪੜ ਰਹਿ ਕੇ ਕਿਉਂਕਿ ਅੱਜਕੱਲ ਤਾਂ ਖੇਤੀ ਵੀ ਪੜਿਆ ਲਿਖਿਆ ਦੀ ਹੋ ਗਈ ਹੈ ਅੱਜ ਤਿੰਨ ਨੇਤਰੇ ਯੁੱਗ ਤੋਂ ਭਾਵ ਹੈ ਪੁੱਤਰ ਪੜ੍ਹੇ ਲਿਖੇ ਲੋਕਾਂ ਦਾ ਯੁੱਗ ਤੇ ਇਹਦੇ ਵਿੱਚ ਜਿਹੜਾ ਉਹ ਵਿਦਿਆਰਥੀ ਸੀ ਉਹ ਦੋਨੇ ਤਰਾ ਫਿਰਦਾ ਸੀ ਮਤਲਬ ਉਹ ਵਿਦਿਆਪ੍ਰਾਪਤ ਨਹੀਂ ਕਰ ਰਿਹਾ ਸੀ ਤਿੰਨ ਨੇਤਰੇ ਯੁੱਗ ਤੋਂ ਭਾਵ ਕੀ ਹੈ ਪੜ੍ਹੇ ਲਿਖੇ ਲੋਕਾਂ ਦਾ ਯੁੱਗ ਦੀਨਾਨਾਥ ਦਾ ਦਿਲ ਕਰਦਾ ਉਹ ਹੀਰਾ ਲਾਲ ਦੇ ਮੁੰਡੇ ਨਾਲ ਖੇਡਦੇ ਸਾਰੇ ਬੱਚਿਆਂ ਦੇ ਥਾਂ ਟਿਕਾਣੇ ਪੁੱਛੇ ਅਤੇ ਉਹਨਾਂ ਨੂੰ ਸਮਝਾਉਣ ਲਈ ਉਹਨਾਂ ਦੇ ਘਰੀਂ ਜਾਵੇ ਪਰ ਇਥੋਂ ਦੇ ਸਾਂਝ ਤੋਂ ਸਖਣੇ ਮਾਹੌਲ ਵੱਲ ਦੇਖਦੇ ਆ ਉਸ ਦਾ ਹੌਸਲਾ ਨਾ ਪੈਂਦਾ ਤਾਂ ਵੀ ਉਹ ਹੀਰਾ ਲਾਲ ਦੇ ਘਰ ਤਾਂ ਜਾ ਹੀ ਸਕਦਾ ਸੀ ਜਿਵੇਂ ਉਹ ਉਹਨਾਂ ਦੇ ਵਿਹੜੇ ਵਿੱਚ ਤੁਰਦੇ ਫਿਰਦੇ ਆ ਦੇਖਦਾ ਰਹਿੰਦਾ ਹੈ ਤੇ ਉਹਨਾਂ ਨੇ ਵੀ ਤਾਂ ਉਸ ਨੂੰ ਬਾਲਕੋਨੀ ਵਿੱਚ ਬੈਠਿਆ ਖਲੋਤਿਆਂ ਦੇਖਿਆ ਹੀ ਹੈ ਜਾਣ ਪਛਾਣ ਦੀ ਇਸ ਬਰੀਕ ਜਿਹੀ ਤੰਦ ਦੇ ਸਹਾਰੇ ਵੀ ਉਹਨਾਂ ਦੇ ਘਰ ਪਹੁੰਚਣਾ ਉਹਨੂੰ ਕੋਈ ਬਹੁਤਾ ਔਖਾ ਨਹੀਂ ਸੀ ਲੱਗਦਾ ਪਰ ਸਤੀਸ਼ ਤੇ ਸੁਦੇਸ਼ ਤੋਂ ਉਹ ਝਿਜਕ ਜਾਂਦਾ ਚੀਜ਼ ਕਿ ਜਿਆ ਜਾਂਦਾ ਕੀ ਕਹਿਣਗੇ ਉਹ ਮਾਮਾ ਜੀ ਬਿਨਾ ਮਤਲਬ ਹੀ ਦੂਜਿਆਂ ਦੇ ਘਰ ਤੁਰੇ ਫਿਰਦੇ ਨੇ ਇਹ ਸੋਚ ਕੇ ਉਹ ਚੁੱਪ ਕਰ ਜਾਂਦਾ ਉਹਦਾ ਕਈ ਵਾਰ ਮਨ ਕਰਦਾ ਕਿ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਮਝਾਵੇ ਇੱਕ ਦਿਨ ਦੀਨਾ ਨਾਥ ਦੀ ਸਮੱਸਿਆ ਆਪਣੇ ਆਪ ਹੱਲ ਹੋ ਗਈ ਹੀਰਾ ਲਾਲ ਦੀ ਘਰ ਵਾਲੀ ਉਹਨਾਂ ਦੇ ਘਰ ਆ ਗਈ ਉਸ ਦੇਸ਼ ਤੇ ਕਿਸੇ ਸੂਟ ਦੀ ਦੂਰੋਂ ਦੇਖੀ ਕਢਾਈ ਨੇੜੇੋਂ ਦੇਖਣ ਅਤੇ ਉਸ ਨੂੰ ਇਹ ਪੁੱਛਣ ਆਈ ਸੀ ਕਿ ਉਹਨੇ ਇਹ ਕਰਵਾਈ ਕਿੱਥੋਂ ਸੀ ਦੀਨਾ ਨਾਥ ਨੇ ਤਾਂ ਬਾਲਕੋਨੀ ਵਿੱਚੋਂ ਹੀ ਉਹਨੂੰ ਵਿਹੜੇ ਵਿੱਚ ਫਿਰਦੀ ਨੂੰ ਦੇਖਿਆ ਸੀ ਉਹ ਉਹਨੂੰ ਪਛਾਣ ਨਾ ਸਕਿਆ ਉਹਨੇ ਸੁਦੇਸ਼ ਨਾਲ ਕਮਰੇ ਵਿੱਚ ਜਾਂਦੇ ਆ ਨਮਸਤੇ ਜਰੂਰ ਬੁਲਾ ਦਿੱਤੀ ਸੀ ਸੁਦੇਸ਼ ਨੇ ਦੋਵਾਂ ਦੀ ਜਾਣ ਪਛਾਣ ਕਰਵਾਈ ਤਾਂ ਲక్ష్ਮੀ ਬੋਲੀ ਮੈਂ ਤਾਂ ਇਹਨਾਂ ਨੂੰ ਇੱਥੇ ਬਾਲਕੋਨੀ ਵਿੱਚ ਬੈਠਦੇ ਆ ਉੱਠਦੇ ਆ ਦੇਖਦੀ ਹੀ ਰਹਿੰਦੀ ਹਾਂ ਉਹ ਕਮਰੇ ਅੰਦਰ ਜਾ ਬੈਠੀਆਂ ਤਾਂ ਦੀਨਾਨਾਥ ਗਿੰਤੀਆਂ ਮਿੰਤੀਆਂ ਵਿੱਚ ਪੈ ਗਿਆ ਉਹ ਸੋਚ ਰਿਹਾ ਸੀ ਕਿ ਬਾਹਰ ਆਈ ਲక్ష్ਮੀ ਨੂੰ ਉਹਦੇ ਪੁੱਤਰ ਬਾਰੇ ਗੱਲ ਕਰਕੇ ਕਿਸ ਢੰਗ ਨਾਲ ਕਿੰਨਾ ਸ਼ਬਦਾਂ ਵਿੱਚ ਕਹੇ ਸੂਟ ਦੀ ਕਢਾਈ ਦੀ ਪੁੱਛ ਦਸਮੁਖ ਗਈ ਜਾਪਦੀ ਸੀ ਉਹ ਦੋਵੇਂ ਹੋਰ ਗੱਲਾਂ ਕਰਨ ਲੱਗ ਪਈਆਂ ਹੁਣ ਸੁਦੇਸ਼ ਚਾਹ ਪੀਣ ਲਈ ਜ਼ੋਰ ਪਾ ਰਹੀ ਸੀ ਲక్ష్ਮੀ ਉਨੇ ਹੀ ਜ਼ੋਰ ਨਾਲ ਇਨਕਾਰ ਕਰ ਰਹੀ ਸੀ ਉਹ ਹੁਣੇ ਹੀ ਚਾਹ ਪੀ ਕੇ ਆਈ ਹੈ ਹੁਣ ਆਈ ਹੋਣ ਦੀਆਂ ਸੋਹਾ ਖਾ ਰਹੀ ਸੀ ਕਾਕੇ ਦੀ ਪੜ੍ਹਾਈ ਦਾ ਕੀ ਹਾਲ ਹੈ ਸੁਦੇਸ਼ ਨੇ ਗੱਲ ਨੂੰ ਚਾਹ ਤੋਂ ਲਾਂਬੇ ਲਜਾਣ ਲਈ ਪੁੱਛਿਆ ਭੈਣ ਜੀ ਕੀ ਦੱਸਾਂ ਮੂੰਹ ਕਿਹੜਾ ਕਰਦਾ ਕਿਤਾਬਾਂ ਵੱਲ ਜਿਉਂ ਵਸਤਾ ਸੁੱਟ ਕੇ ਘਰੋਂ ਨਿਕਲਦਾ ਆਵਾਜ਼ਾਂ ਮਾਰ ਮਾਰ ਥੱਕ ਜਾਈਦਾ ਉਹਦੇ ਸ਼ਬਦ ਸ਼ਿਕਾਇਤ ਵਾਲੇ ਸਨ ਪਰ ਸੁਰ ਸ਼ਿਕਾਇਤ ਵਾਲੀ ਨਹੀਂ ਸੀ ਲਾਪਰਵਾਹੀ ਵਾਲੀ ਸੀ ਦੀਨਾਨਾ ਦਾ ਦੇਲ ਗੱਲ ਵਿੱਚ ਦਖਲ ਦੇਣ ਦਾ ਵੀ ਕਰ ਰਿਹਾ ਸੀ ਪਰ ਉਹ ਜੋ ਝਿਜਕ ਵੀ ਰਿਹਾ ਸੀ ਫੜ ਕੇ ਬਿਠਾਇਆ ਕਰੋ ਉਹਨੂੰ ਹੁਣ ਅਕਲਾ ਬਿਨਾ ਗੁਜ਼ਾਰੇ ਨਹੀਂ ਅਨਪੜਾ ਨੂੰ ਇਸ ਜਮਾਨੇ ਵਿੱਚ ਢੋਈ ਕਿਥੇ ਸੁਦੇਸ਼ ਸੁਲਾਹ ਦੇ ਰਹੀ ਸੀ ਅਕਲਾ ਬਿਨਾ ਤਾਂ ਗੁਜ਼ਾਰਾ ਨਹੀਂ ਪਰ ਉਹ ਵੇਲੇ ਤਾਂ ਗਏ ਭੈਣ ਜੀ ਜਦੋਂ ਲੋਕ ਕਹਿੰਦੇ ਸਨ ਅਕਲ ਤੋਂ ਬਿਨਾ ਹੋਰ ਸਭ ਕੁਝ ਖਰੀਦਿਆ ਜਾ ਸਕਦਾ ਹੈ ਹੁਣ ਤਾਂ ਅਕਲ ਵੀ ਗਲੀ ਗਲੀ ਵੇਕਦੀ ਹੈ ਆਪਣੀ ਨਾ ਹੋਵੇ ਬੰਦਾ ਖਰੀਦ ਲਵੇ ਲక్ష్ਮੀ ਬੜੀ ਸਹਜਤਾ ਨਾਲ ਗੱਲ ਕਰ ਰਹੀ ਸੀ ਉਹ ਤੁਹਾਡੇ ਹੀਟ ਲਿਆਂਦੇ ਮੁੰਡੇ ਨੂੰ ਹੀ ਦੇਖ ਲਓ ਮਰ ਮਰ ਕੇ ਇੰਜੀਨੀਅਰੀ ਕੀਤੀ ਤੇ ਨੌਕਰੀ ਕਰਦਾ ਹੈ ਇੱਕ ਅਨਪੜ੍ਹ ਠੇਕੇਦਾਰ ਕੋਲ ਸੁਦੇਸ਼ ਸੋਚਣ ਲੱਗੀ ਕਿ ਉਹਦੀਆਂ ਇਹਨਾਂ ਬੇਤਵੀਆਂ ਗੱਲਾਂ ਦਾ ਕੀ ਉੱਤਰ ਦੇਵੇ ਦੇਵੇ ਵੀ ਇੱਕ ਨਾ ਦੇਵੇ ਇੰਨੇ ਨੂੰ ਲక్ష్ਮੀ ਦੀ ਗੱਲ ਦੀ ਅਗਲੀ ਲక్ష్ਮੀ ਨੇ ਅਗਲੀ ਗੱਲ ਦੀ ਅਗਲੀ ਕਲੀ ਕੜੀ ਫੜ ਲਈ ਸਾਡੇ ਵਾਲਿਆਂ ਦੀ ਭੂਆ ਦਾ ਪੁੱਤ ਭੈਣ ਜੀ ਡਿਗਦੇ ਡਿਗਦੇ ਨੇ ਮਸਾ 10ਵੀਂ ਪਾਸ ਕੀਤੀ ਪੜ੍ਹਾਈ ਤੋਂ ਬਿਨਾ ਉਂਝ ਹੁਸ਼ਿਆਰ ਬੜਾਇਆ ਹੈ ਪੈਸੇ ਦਾ ਵੀ ਸੁਖ ਨਾਲ ਉਹਨੂੰ ਕੋਈ ਥੋੜ੍ਹ ਨਹੀਂ ਹੁਣ ਫਰੀਦাবাদ ਆਪਣਾ ਨਰਸਿੰਗ ਹੋਮ ਬਣਾਇਆ ਹੈ ਐਨਾ ਵਧੀਆ ਕਿ ਤੁਹਾਨੂੰ ਕੀ ਦੱਸਾਂ ਚੰਗੇ ਚੰਗੇ ਡਾਕਟਰ ਉਹਨੇ ਨੌਕਰ ਰੱਖੇ ਹੋਏ ਨੇ ਦੀਨਾ ਨਾਦ ਦੀ ਸਹਜਤਾ ਡੋਲਣ ਲੱਗੀ ਉਹਨੂੰ ਸੁਦੇਸ਼ ਦੀ ਚੁੱਪ ਚੁਬ ਰਹੀ ਸੀ ਸੁਦੇਸ਼ ਨੂੰ ਵੀ ਲੱਗਿਆ ਉਹਦੇ ਚੁੱਪ ਰਹਿਣ ਨੂੰ ਲక్ష్ਮੀ ਉਹਦੀ ਹਾਰ ਬਣਾ ਕੇ ਪੇਸ਼ ਕਰਦੀ ਫਿਰੇਗੀ ਉਹਨੇ ਆਪਣੀ ਗੱਲ ਉੱਤੇ ਜ਼ੋਰ ਦਿੱਤਾ ਤੁਹਾਡੀਆਂ ਇਹ ਸਭ ਗੱਲਾਂ ਆਪਣੀ ਥਾਂ ਠੀਕ ਨੇ ਪਰ ਆਪਣੀ ਅਕਲ ਤਾਂ ਭੈਣ ਜੀ ਆਪਣੀ ਹੀ ਹੁੰਦੀ ਐ ਵਿਦਿਆ ਨੂੰ ਸਿਆਣਿਆਂ ਨੇ ਤੀਜਾ ਨੇਤਰ ਐਵੇਂ ਨਹੀਂ ਕਿਹਾ ਲక్ష్ਮੀ ਹੱਸ ਪਈ ਇਸ ਇਸ ਤੀਜੇ ਨੇਤਰ ਨੂੰ ਤਾਂ ਭੈਣ ਜੀ ਭੈਣ ਮੇਰੀਏ ਇਸ ਜਵਾਨੇ ਵਿੱਚ ਦਿਸਦਾ ਹੀ ਕੁਝ ਨਹੀਂ 16 16 ਪੜੇ ਕੰਧਾ ਕੌਲਿਆਂ ਨਾਲ ਵੱਜਦੇ ਫਿਰਦੇ ਨੇ ਹੁਣ ਤਾਂ ਤੀਜਾ ਨੇਤਰ ਪੈਸਾ ਹੈ ਲక్ష్ਮੀ ਨੇਤਾ ਸੁਦੇਸ਼ ਦੇ ਨਾਲ-ਨਾਲ ਜਿਵੇਂ ਦੀਨਾ ਨਾਥ ਨੂੰ ਵੀ ਇੱਕ ਅਜਿਹੇ ਕੋੜੇ ਸੱਚ ਦੇ ਦਰਸ਼ਨ ਕਰਵਾ ਦਿੱਤੇ ਹੋਣ ਜਿਸ ਬਾਰੇ ਜਾਣਦਿਆਂ ਹੋਇਆ ਵੀ ਕਦੀ ਸੁਚੇਤ ਨਹੀਂ ਸੀ ਹੋਇਆ ਖੁਸ਼ੀ ਦੇਣ ਵਾਲੀ ਤੀਜੀ ਗੱਲ ਹੁਣ ਉਹਨੂੰ ਪਹਿਲੀਆਂ ਦੋਵਾਂ ਗੱਲਾਂ ਨਾਲੋਂ ਵੀ ਵੱਧ ਹੈਰਾਨ ਅਤੇ ਪ੍ਰੇਸ਼ਾਨ ਕਰ ਰਹੀ ਸੀ ਤਾਂ ਇਸ ਤਰ੍ਹਾਂ ਬੱਚਿਓ ਇਸ ਕਹਾਣੀ ਵਿੱਚ ਅਸੀਂ ਕੀ ਦੇਖਿਆ ਕਿ ਇੱਕ ਦੀਨਾਨਾਥ ਨਾਮ ਦਾ ਅਧਿਆਪਕ ਹੈ ਜੋ ਆਪਣੇ ਭਾਂਜੇ ਕੋਲ ਸ਼ਹਿਰ ਦੇ ਵਿੱਚ ਜਾਂਦਾ ਹੈ ਉੱਥੇ ਉਸ ਨੂੰ ਤਿੰਨ ਗੱਲਾਂ ਬੜੀਆਂ ਹੈਰਾਨ ਕਰਦੀਆਂ ਹਨ ਪਹਿਲੀ ਗੱਲ ਜਿਹੜੀ ਹੁੰਦੀ ਹੈ ਉਥੋਂ ਦੇ ਫੈਲਾਟਾਂ ਦੀ ਰਹਿਣੀ ਬਹਿਣੀ ਉਹ ਉਹ ਨੂੰ ਹੈਰਾਨ ਪਰੇਸ਼ਾਨ ਕਰਦੀ ਹੈ ਦੂਜੀ ਗੱਲ ਕਿ ਉਥੋਂ ਦੇ ਲੋਕ ਤੁਰਨਾ ਬਿਲਕੁਲ ਪਸੰਦ ਨਹੀਂ ਕਰਦੇ ਉਹ ਥੋੜੀ ਦੂਰ ਜਾਣ ਲਈ ਵੀ ਕਾਰ ਜਾਂ ਮੋਟਰਸਾਈਕਲ ਜਾਂ ਸਕੂਟਰ ਦੀ ਵਰਤੋਂ ਕਰਦੇ ਹਨ ਅਤੇ ਤੀਜੀ ਗੱਲ ਜੋ ਪਹਿਲਾਂ ਉਸ ਨੂੰ ਖੁਸ਼ੀ ਦਿੰਦੀ ਹੈ ਕਿ ਇੱਥੋਂ ਦੇ ਬੱਚੇ ਖੁਸ਼ੀ-ਖੁਸ਼ੀ ਪੜਨ ਜਾਂਦੇ ਹਨ ਪਰ ਜਦੋਂ ਉਹ ਆਪਣੀ ਇੱਕ ਗਵੰਡਨ ਲక్ష్ਮੀ ਦੇ ਮੂੰਹੋਂ ਇਹ ਗੱਲ ਸੁਣਦਾ ਹੈ ਕਿ ਅੱਜਕਲ ਵਿਦਿਆ ਦੀ ਥਾਂ ਤੇ ਪੈਸਾ ਤੀਜਾ ਨੇਤਰ ਹੈ ਤਾਂ ਉਸ ਨੂੰ ਇਹ ਗੱਲ ਹੋਰ ਵੀ ਵਧੇਰੇ ਚੁਬਣ ਲੱਗਦੀ ਹੈ ਉਮੀਦ ਹੈ ਤੁਹਾਨੂੰ ਕਹਾਣੀ ਸਮਝ ਆ ਗਈ ਹੋਵੇਗੀ ਇਸ ਤੋਂ ਬਾਅਦ ਕਹਾਣੀ ਦੇ ਜਿਹੜੇ ਪ੍ਰਸ਼ਨ ਉੱਤਰ ਹਨ ਉਹ ਤੁਸੀਂ ਆਪਣੀ ਨੋਟਬੁੱਕਸ ਵਿੱਚ ਹੱਲ ਕਰ ਲੈਣੇ ਹਨ ਧੰਨਵਾਦ